ਜਿਵੇਂ ਬੀ ਨੂੰ ਵੰਨ ਤਾਂ ਸਹੀ ਜਿਹੜਾ ਪੋਟੈਂਸ਼ੀ ਹੈ ਹਨਾ, ਹਾਂਜੀ ਹਾਂਜੀ, ਤੇ ਸੀ ਨੂੰ ਜਿੱਦਾਂ 4,250 ਕੇਜੀ ਹਨਾ, ਜੀ ਜੀ, ਇੱਥੇ ਤੱਕ ਹੀ ਗੱਡੀ ਚਲਾ ਸਕਦੇ ਆ ਕਿ ਉਹ ਤੋਂ ਸੁਪਰੀਓਰੇ ਵੀ ਚਲਾ ਇੱਥੇ ਤੱਕ ਸਕਦੇ ਆ ਗੱਡੀ ਨਹੀਂ ਚਲਾ ਸਕਦੇ। ਚੈਪਟਰ ਨੰਬਰ 20 ਤੇ 810 ਪੇਜ ਨੰਬਰ 810 ਹੈ, ਠੀਕ ਹੈ। ਹਾਂਜੀ ਦੁਬਾਰਾ ਪੜਾ ਦਿਓ। ਜੀ ਜੀ ਮੈਂ ਪੜਾਉਂਦਾ, ਇੱਕ ਮਿੰਟ। B96 ਜਿਹੜਾ ਹੁੰਦਾ ਨਾ, ਇਹਦੀ ਅਵੇਲਿਟੀ ਹੁੰਦੀ ਹੈ ਗੱਡੀ ਦੀ, ਜੇ ਗੱਡੀ ਦੀ ਅਸੀਂ ਗੱਲ ਕਰੀਏ ਅਵੇਲਿਟੀ, ਉਹਦੀ ਹੁੰਦੀ ਹੈ 3500 ਕੇਜੀ, 3.5 ਟਨ ਪਲੱਸ ਰਿਮੋਰਕੀਓ 750 ਕੇਜੀ ਤੱਕ, 750 ਕੇਜੀ ਤੱਕ ਰਿਮੋਰਕੀਓ ਗੱਡੀ ਦੀ। ਜਿਹੜੇ ਬੀ ਵਾਲੇ ਪਤੰਦ ਨਾ ਤਿੰਨੇ, B, B96, BE, ਇਹਨਾਂ ਦੀ ਗੱਡੀ ਦੀ ਅਵੇਲਿਟੀ ਕਦੇ ਵੀ 3500 ਤੋਂ ਵੱਧਦੀ ਨਹੀਂ ਹੈ ਵੀ ਕੇਜੀ ਤੋਂ, ਠੀਕ ਹੈ। ਤੇ B96 ਵਾਲਾ ਅਸੀਂ ਪੜਾਂਗੇ ਭਾਬੀ ਜੀ, ਕਹਿੰਦੇ ਪਏ ਤੇ ਭਾਬੀ ਸਾਡੇ ਤੇ 750 ਕਿਲੋ ਗ੍ਰਾਮ ਇਹਦਾ ਕੀ ਮਤਲਬ ਹੈ? 750 ਕਿਲੋ, ਹਾਂਜੀ 750 ਕਿਲੋ ਦਾ ਮੋਰ ਕਿਉਂ ਲੈ ਕੇ ਜਾ ਸਕਦੇ ਹੋ? ਅੱਛਾ ਉਹਦਾ ਠੀਕ, ਪਿੱਛੇ ਇਹਨਾਂ ਦੇ ਲੈ ਸਕਦੇ, ਤੇ ਚਲੋ ਠੀਕ ਹੈ। ਤੇ ਜਿਹੜਾ 4.2-250 ਕਿਲੋ ਗ੍ਰਾਮ ਇਹਦਾ ਕੀ ਮਤਲਬ ਹੈ? ਇਹ 4 ਪੁਆਇੰਟ ਜਿਹੜਾ ਟੋਟਲ ਵਜ਼ਨ ਜਿਹੜਾ ਨਾ, ਮੈਂ ਤੁਹਾਨੂੰ ਕਾਪੀ 'ਚ ਲਗਾਇਆ ਸੀ, 3500 ਕੇਜੀ ਲਗਾਇਆ ਸੀ ਸਿਰਫ ਗੱਡੀ ਦਾ ਵਜ਼ਨ, ਠੀਕ ਹੈ, 750 ਕੇਜੀ ਰਿਮੋਟ ਕੀ ਦਾ ਵਜ਼ਨ, ਇਹਨਾਂ ਦੋਵਾਂ ਨੂੰ ਟੋਟਲ ਕਰੋ ਨਾ ਤਾਂ 4,250 ਖਿੱਚ ਸਕਦੇ ਆ B96 ਵਾਲਾ ਵਜ਼ਨ। ਜਿਸ ਟਾਈਮ ਦੇਖੋ ਇੱਕ ਚੀਜ਼ ਵੀ ਧਿਆਨ ਰੱਖਣ ਵਾਲੀ ਗੱਲ ਹੁੰਦੀ ਹੈ ਕਿ ਜਿਸ ਟਾਈਮ ਤੁਸੀਂ ਬੀ ਚਲਾਉਂਦੇ ਹੋ B96 ਫੋਰ ਐਗਜ਼ਾਮਪਲ, ਤੇ ਗੱਡੀ ਦਾ ਵਜ਼ਨ 3.5 ਟਨ ਤੋਂ ਉੱਤੇ ਨਹੀਂ ਵਧਣਾ ਚਾਹੀਦਾ, 3500 ਕਿਲੋ ਤੋਂ ਵਧਣਾ ਚਾਹੀਦਾ, ਔਰ ਰਿਮੋਰਕੀ ਦਾ ਵਜ਼ਨ 750 ਕੇਜੀ ਤੋਂ ਵੱਡਾ ਵਧਣਾ ਨਹੀਂ ਚਾਹੀਦਾ। ਜਿਵੇਂ ਮੈਂ ਕੱਲ੍ਹ ਤੁਹਾਨੂੰ ਪੁੱਛਿਆ ਸੀ ਕਿ ਇੱਕ ਗੱਡੀ ਹੈ 2 ਟਨ ਦੀ ਵਿਦ ਰਿਮੋਰਕੀਓ, 1 ਟਨ ਦਾ ਰਿਮੋਰਕੀ, 1 ਟਨ ਦੀ ਗੱਡੀ, ਉਹਦੇ ਨਾਲ ਕਿਹੜਾ ਪਤੰਦਾ ਚਾਹੀਦਾ ਹੈ? ਹੁਣ ਭਾਬੀ ਰੇ, ਭਾਬੀ ਜੀ ਕਿਹੜਾ ਪਤੰਦਾ ਚਾਹੀਦਾ 2 ਟਨ ਦੀ ਗੱਡੀ ਨੂੰ? ਇੱਕ ਟਨ ਗੱਡੀ ਹੈ, 1 ਟਨ ਰਿਮੋਰਕੀਓ ਹੈ, ਫੋਰ ਐਗਜ਼ਾਮਪਲ ਮਿਸਾਲ ਤੌਰ ਤੇ, ਉਹਦੇ ਲਈ ਕਿਹੜਾ ਪਤੰਦਾ ਚਾਹੀਦਾ? ਬੀ ਰਿਮੋਰਕੀਓ ਜਿਹੜਾ ਵੇ ਉਹ ਲੱਗ ਸਕਦਾ ਬੀ ਵਾਲੇ ਪਤੰਦ ਦੇ ਨਾਲ 1000 ਕਿਲੋ ਦਾ? ਰਿਮੋਰਕੀਓ ਦੀ ਕਿੰਨੀ ਅਬਿਲਟੀ ਹੈ ਉਹਦੇ ਬੀ ਪਤੰਦ ਦੇ ਵਿੱਚ? ਅਜੀ ਤੋਂ ਦਿਵਾਜ ਕੱਟ ਨਹੀਂ, ਮੈਨੂੰ ਸਮਝ ਨਹੀਂ ਆ ਰਹੀ। 1000 ਕੇਜੀ ਦਾ ਜੀ, 1000 ਕਿਲੋ ਰਿਮੋਰਕੀਓ ਕਿੰਨਾ ਵੇ ਉਹਦੇ ਵਿੱਚ ਬੀ ਵਾਲੇ ਪਤੰਦ ਦੇ ਵਿੱਚ? 750 ਤੇ ਮੈਂ ਰਿਮੋਰਕੀਓ ਕਿੰਨਾ ਕਿ 1000 ਕਿਲੋ ਕਿਹਾ ਮੈਂ, 250 ਵੱਧਦਾ ਨਹੀਂ ਹੈ ਵੀ? ਹਾਂ ਲਿਮਿਟ ਦੋ, ਲਿਮਿਟ ਆਉਦੀ 750 ਕੇਜੀ ਦੀ, ਠੀਕ ਹੈ, ਹਾਂਜੀ, ਤੇ 250 ਕਿਲੋ ਵੱਧ ਨਹੀਂ ਗਿਆ ਫਿਰ ਜੇ 1000 ਕਿਲੋ ਦਾ ਰਮੋਰ ਕੀ ਹੋਵੇ ਤੇ? ਓਕੇ ਓਕੇ ਓਕੇ, ਭਾਈ ਇਸ ਕਰਕੇ ਬੀ ਨਾਲ ਨਹੀਂ ਹੋ ਜੋ ਚੱਲ ਸਕਦੀ ਹੈ, ਹਾਂ ਬੀ 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 96 ਨਾਲ ਵੀ ਨਹੀਂ ਚੱਲ ਸਕਦਾ, ਕਿਉਂਕਿ ਬੀ 96 ਦੀ ਵੀ ਜਿਹੜੀ ਹੈ ਨਾ ਮੋਰ ਕੀ 750, ਹਾਂਜੀ 750 ਕਿਲੋ ਦੀ ਹੈ, ਭਾਵੇਂ ਉਹਦਾ ਟੋਟਲ ਵਜ਼ਨ 4,450 ਹੈ, ਲੇਕਿਨ ਉਹਦਾ ਇਹ ਨਹੀਂ ਹੈ 2-2000 ਕਿਲੋ ਦੀ ਦੋ ਗੱਡੀਆਂ ਹੋ ਜਾਣ, ਨਹੀਂ, 750 ਕਿਲੋ ਉਹਨਾਂ ਨੇ ਕਾਨੂੰਨ ਬਣਾਇਆ ਹੋਇਆ ਹੈ ਕਿ 750 ਕਿਲੋ ਤੋਂ ਉੱਤੇ ਰਿਮੋਰਕੀਓ ਨਹੀਂ ਹੋਣਾ ਚਾਹੀਦਾ, ਠੀਕ ਹੈ, ਫਿਰ 750 ਤੋਂ ਉੱਤੇ ਰਿਮੋਰਕੀਓ ਨਹੀਂ ਹੋ ਸਕਦਾ, ਠੀਕ ਹੈ ਠੀਕ ਹੈ ਠੀਕ ਹੈ। ਜਿਹੜਾ 750 ਦਾ ਰਿਮੋਰਕੀਓ ਤੁਸੀਂ ਕਹਿੰਦੇ ਆ, ਜੇ ਮੰਨ ਲਾ ਤੁਸੀਂ ਸਵਾਲ ਪੁੱਛਿਆ 1000 ਦਾ ਰਿਮੋਰਕੀਓ, ਫਿਰ ਤਾਂ ਸਾਲ ਚ ਹੀ ਹੋਊਗਾ ਕਿਵੇਂ? ਜਿੱਦਾਂ ਤੁਸੀਂ ਕਹਿੰਦੇ ਆ ਕਿ 750 ਦਾ ਰਿਮੋਰਕੀਓ ਹੁੰਦਾ, ਜਿੱਦਾਂ ਇਹਦੇ ਵਿੱਚ ਲਿਖਿਆ ਉਹਨਾਂ ਨੇ, ਤੁਸੀਂ ਦੱਸਦੇ ਆ ਸਮਝ ਨੀ ਲੱਗੀ ਜਿਹੜਾ
ਰਿਕਾਰਡਿੰਗ ਸੁਣੀ ਨੀ ਹੈ ਵੀ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਸੀ ਸਮਝਾਉਣਾ ਚਾਹ ਰਿਹਾ ਸੀ ਜੇ ਤੁਸੀਂ ਰਿਕਾਰਡਿੰਗ ਸੁਣੀ ਹੁੰਦੀ ਤੁਹਾਨੂੰ ਕਲੀਅਰ ਹੋ ਜਾਣੀ ਸੀ ਠੀਕ ਹੈ ਯਾਨੀ ਕਿ ਜੇ ਤੁਸੀਂ ਪੜ੍ਹਦੇ ਫਿਰ ਜੇ ਤੁਸੀਂ ਰਿਕਾਰਡਿੰਗ ਨਹੀਂ ਸੁਣੀ ਫਿਰ ਤੁਸੀਂ ਰਿਵੀਜ਼ਨ ਲੈ ਲਈ ਇਹਨੂੰ ਇਹ ਥਿਊਰੀ ਨੂੰ ਪੜ੍ਹਿਆ ਵੀ ਨਹੀਂ ਹੋਣਾ ਸਾਢੇ 3000 ਗੱਡੀ 750 ਕੇਜੀ ਰਮੋਰਕਿਓ ਟੋਟਲ ਕਿੰਨਾ ਹੋਣਾ ਚਾਹੀਦਾ 3500 ਕੇਜੀ ਜੇ ਯਾਨੀ ਕਿ ਜੇ ਰਮੋਰਕਿਓ ਲਾਉਣਾ ਵਾ ਤਾਂ 3500 ਕੇਜੀ ਤੋਂ ਘੱਟ ਹੋਣਾ ਚਾਹੀਦੀ ਗੱਡੀ ਟੋਟਲ ਜਿਹੜਾ 3500 ਕੇਜੀ ਤੋਂ ਵਧਣਾ ਚਾਹੀਦਾ ਠੀਕ ਹੈ B96 ਦੀ ਅਬਿਲਟੀ ਉਹਦੀ ਹੁੰਦੀ ਹੈ ਔਰ ਬੀ ਦੇ ਪਹਿਲੇ ਪਹਿਲੇ ਬੀ ਦੇ ਜੇ 21 ਸਾਲ ਤੁਹਾਡੀ ਉਮਰ ਹੈ ਤਾਂ ਸੁਪਰੀਅਰ ਹੈ ਸੁਪਰੀਅਰ 15 ਕਿਲੋ ਵਾਟ ਟੈਂਪੂ ਚਲਾ ਸਕਦੇ ਤੁਸੀਂ 30 ਕਿਲੋ ਮਤ ਹੋ ਰਹੇ ਫਿਰ B96 3500 ਕੇ ਜੀ ਪਲੱਸ 750 ਕੇ ਜੀ ਟੋਟਲ 4250 ਤੱਕ ਨਹੀਂ ਵਧਣਾ ਚਾਹੀਦਾ ਹੈ ਵੀ ਠੀਕ ਹੈ 3500 ਕੇ ਜੀ ਗੱਡੀ ਤਾਂ ਤਿੰਨਾਂ ਵਿੱਚ ਨਹੀਂ ਵਧਣਗਾ 750 ਰਮੋਰਕਿਓ ਦੀ ਲਿਮਿਟ ਹੈ ਟੋਟਲ ਕੁੱਲ ਮਿਲਾ ਕੇ 450 ਤੋਂ ਨਹੀਂ ਵਧਣਾ ਚਾਹੀਦਾ ਬੀ ਈ ਦੀ ਅਬਿਲਟੀ ਹੁੰਦੀ ਹੈ 3500 ਕੇ ਜੀ ਗੱਡੀ 3500 ਕੇ ਜੀ ਰਮੋਰਕਿਓ ਟੋਟਲ 7000 ਕੇ ਜੀ ਕਹਿੰਦੇ ਪਤਾ ਨਹੀਂ ਤੁਸੀਂ ਕੈਟੇਗਰੀ ਹੈ ਬੀ ਕੌਣ ਕੋਦਜੀ ਹਾਰਮੋਨੀਜ਼ਾ ਤੋਂ ਚਵੇ ਕੌਣ ਦਵੀਜ਼ੋ ਨਲਾ ਐਂਬੀਅੰਟ ਦੇ ਲਾ ਯੂਨੀਅਨ ਯੂਰੋਪਾ ਕਹਿੰਦੇ ਜਿਹੜਾ ਪੀ ਪਤੰਤ ਕੈਟੇਗਰੀ ਹੁੰਦੀ ਹੈ ਪਤੰਤ ਬੀ ਦੀ ਜਿਹੜੇ ਕੋਦਜੀ ਹਾਰਮੋਨੀਜ਼ਾ ਤੋਂ ਹੁੰਦਾ ਹੈ ਸਾਰੀ ਯੂਰਪੀ ਯੂਨੀਅਨ ਵਿੱਚ ਜਿਹੜਾ ਮੰਨਿਆ ਜਾਂਦਾ 96 B96 ਜਿਹਨੂੰ ਕਹਿੰਦੇ ਨੇ ਕੌਨਸੈਂਟ ਦੀ ਵਿਧਾਰ ਹੈ ਜਾਜ ਦੇ ਡਰਾਈਵ ਕਰਨ ਦੀ ਅੱਤ ਵਿਕੋਲੀ ਗੱਡੀਆਂ ਨੂੰ ਦੀ ਮਾਸਾ ਫਿਨੋ ਸਾਦੇ ਟ੍ਰੇਦਾਨ ਜਿਨ੍ਹਾਂ ਦਾ ਵਜ਼ਨ 3500 ਕੇਜੀ ਤੱਕ ਹੁੰਦਾ ਹੈ ਤ੍ਰਿਨਾਤੀ ਨੂੰ ਅਨਮੋਰ ਕੇ ਲਿਜੇਰੋ ਤ੍ਰਿਨਾਰ ਕਰਦੇ ਕਿ ਦਰਮੋਰ ਕੇ ਲਿਜੇਰ ਨੋਨ ਲਿਜੇਰੋ ਅਲਤਰੇ 750 ਕੇਜੀ 750 ਕੇਜੀ ਤੱਕ ਫਿਰ ਕੇ ਲਾ ਮਾਸਾ ਮਾਸੀਮਾ ਅਥੋਰੀਜ਼ਾਦ ਹੈ ਕਿਉਂਕਿ ਜਿਹੜਾ ਮਾਸਾ ਮਾਸੀਮਾ ਅਥੋਰਾਈਜ਼ ਹੈ ਦਾ ਲਾ ਕੰਪਲੇਸੋ ਕੰਪਲੀਟ ਗੱਡੀ ਲਈ ਰਮੋਰ ਕੇ ਫਿਊ ਜਿਹੜੀ ਗੱਡੀ ਹੈ ਠੀਕ ਹੈ ਦੋਨਾਂ ਲਈ ਚੁਏ ਲਾ ਸੋਮਾ ਦਲਾ ਮੈਸਾ ਦੂਏ ਵਿਕੋਲੀ ਜਿਹੜਾ ਵਜ਼ਨ ਬਣਦਾ ਦੋਵਾਂ ਗੱਡੀਆਂ ਦੇ ਮਿਲਾ ਕੇ ਨੋਨਸੀਆ ਸੁਪਰੀਓਰ ਹੈ 4250 ਕੇ ਜੀ ਕਿਉਂਕਿ ਉਹ 4250 ਕੇ ਜੀ ਤੋਂ ਵਧਣਾ ਨਹੀਂ ਹੈ ਵੀ ਠੀਕ ਹੈ ਲਾ ਮਾਸਾ ਦਲ ਕੰਪਲੇਸੋ ਮਾਸਾ ਕੰਪਲੀਟ ਹੋ ਗਿਆ ਦੋਵਾਂ ਗੱਡੀਆਂ ਦਾ ਵਜ਼ਨ ਸ਼ਾਮਿਲ ਕਰਕੇ ਕੁਇੰਦੀ ਪੋ ਸੁਪੇਰਾਰ ਹੈ 3500 ਕੇ ਜੀ ਇਹ 3500 ਕੇ ਜੀ 3.5 ਟਨ ਤੋਂ ਵੱਧ ਸਕਦਾ ਹੈ ਜਿਹੜੀ ਕਿ ਬੀ ਦੀ ਲਿਮਿਟ ਸੀ ਲਿਮਿਟ ਹੀ ਨੋਰਮਲ ਹੈ ਪਤੰਤੇ ਬੀ ਜਿਹੜੀ ਨੋਰਮਲੀ ਲਿਮਿਟ ਸੀ ਪਤੰਤੇ ਬੀ ਦੀ ਮਨੋਨ ਈ 4250 ਲੇਕਿਨ 4250 ਤੋਂ ਨਹੀਂ ਵੱਧ ਸਕਦੀ ਹੈ ਵੀ ਠੀਕ ਹੈ ਅਜੀ 3500 ਕਿਲੋਗ੍ਰਾਮ ਬੀ ਵਾਸਤੇ ਕਿਵੇਂ ਵੱਧ ਸਕਦਾ ਨਰਮਾਲ ਲਿਮਿਟ ਤੇ ਪੇਰ ਨਰਮਾਲ ਇਹ ਪਤੰਤੇ ਬੀ ਚੁਕਰਾਰੇ ਕਹਿੰਦੇ ਹੋ ਸਕਦਾ ਪੂਰ ਸਿਰ ਚੁਕਰਾਰੇ ਕਹਿੰਦੇ ਨੇ ਇਹ ਜਿਹੜੀ ਲਿਮਿਟ ਸੀ ਨਾ 3500 ਕੇਜੀ ਲਿਮਿਟ ਸੀ 3500 ਕੇਜੀ ਜਿਹੜੀ ਸੀ ਇਹ ਬੀ ਦੇ ਲਈ ਸੀ ਉਤਲਾ ਪੜੋ ਪਹਿਲੇ ਹਾਂਜੀ ਕਹਿੰਦੇ ਨੇ ਚੁਏ ਦਲਾ ਮਾਸਾ ਦੇ ਦੂਏ ਵਿਕੋਲੀ ਜਿਹੜਾ ਵਜ਼ਨ ਬੰਦਾ ਦੋ ਗੱਡੀਆਂ ਦਾ ਨੋਨ ਸੇ ਸੁਪਰੀਅਰ 4250 ਕੇਜੀ ਉਹ 4250 ਕੇਜੀ ਤੂੰ ਤਨੀ ਹੈ ਵੀ ਠੀਕ ਹੈ ਇਹ B96 ਦਾ ਹੋ ਗਿਆ ਕਹਿੰਦੇ ਲਾ ਮਾਸਾ ਕੰਪਲੈਸੀਵਾ ਕੰਪਲੈਸ ਹੋ ਜਿਹੜਾ ਮਾਸਾ ਕੰਪਲੈਸ ਹੋ ਕਵਿੰਦੀ ਪੋ ਸੁਪਰੀਅਰ ਹੈ 3500 ਕੇਜੀ ਲੇ ਕਿਉਂਕਿ ਇਹ ਸੁਪਰੀਅਰ 3500 ਕੇਜੀ ਹੋ ਸਕਦਾ ਹੈ ਕਿਤੇ ਤੂੰ ਸੁਪਰੀਅਰ ਨਹੀਂ ਹੋ ਸਕਦਾ 4250 ਕੇਜੀ ਤੂੰ 3500 ਕੇਜੀ ਤੂੰ ਤੇ ਹੋ ਸਕਦਾ ਹੈ ਜਿਹੜੀ ਬੀ ਦੀ ਲਿਮਿਟ ਸੀ ਲੇਕਿਨ 4250 ਕੇਜੀ ਤੂੰ ਤੇ ਨਹੀਂ ਹੋ ਸਕਦਾ ਠੀਕ ਹੈ ਕਹਿੰਦੇ ਲਿਮਿਟ ਪਰ ਨੋਰਮਲ ਹੀ ਬਤਨ ਤੇ ਬੀ ਜਿਹੜੀ ਲਿਮਿਟ ਸੀ ਨਾ ਨੋਰਮਲੀ ਬਤਨ ਤੇ ਬੀ ਦੀ 3500 ਕੇਜੀ ਉਹਦੇ ਤੋਂ ਉੱਤੇ ਹੋ ਸਕਦਾ ਹੈ ਮਨੋਨ ਈ 4250 ਲੇਕਿਨ 4250 ਤੂੰ ਉੱਤੇ ਨਹੀਂ ਹੋ ਸਕਦੀ ਠੀਕ ਹੈ ਇੱਦਾਂ ਪੁੱਛਿਆ ਕਰੋ ਜਿਸ ਟਾਈਮ ਪੜ੍ਹਨ ਲੱਗੇ ਹਾਂ ਜਿਹੜੀ ਚੀਜ਼ ਸਮਝ ਨਹੀਂ ਲੱਗਦੀ ਨਾਲ ਪੁੱਛ ਲਈ ਸੌਖਾ ਰਹਿ ਜਾਂਦਾ ਫਿਰ ਤੁਹਾਨੂੰ ਦੂਜੇ ਦਿਨ ਵੀ ਪੜ੍ਹਨ ਦੀ ਲੋੜ ਨਹੀਂ ਪੈਣ ਲੱਗੀ ਠੀਕ ਹੈ ਜੇ ਤੁਸੀਂ ਨਾਲ ਨਾਲ ਪੁੱਛਦੇ ਹੋ ਨਾ ਭਾਵੇਂ ਅਸੀਂ ਥੋੜ੍ਹਾ ਪੜ੍ਹ ਲਵਾਂਗੇ ਲੇਕਿਨ ਤੁਹਾਨੂੰ ਸਮਝ ਆਉਂਦੀ ਹੈ ਵੀ ਇੰਪੋਰਟੈਂਟ ਇਹ ਹੈ ਠੀਕ ਹੈ ਵੈਲਿਊ ਰੱਖਦੇ ਇਸ ਸਿਰੇ ਕੌਣ ਸਕਵੀ ਤਾਂ ਤੁਸੀਂ ਹਾਸਲ ਕਰ ਸਕਦੇ ਹੋ ਕੌਣ ਟੈਸਟ ਵਾਲੇ ਮਿਹਨਤ ਉਸੀ ਅਨਸੇ ਮੈਂ
ਤੁਸੀਂ ਕੌਂਸਿਕ ਵੀ ਤਾਂ ਹਾਸਲ ਕਰ ਸਕਦੇ ਹੋ ਇਕੱਠਿਆਂ ਹੀ ਇਨਸੇਮ ਹੈ ਕੌਂਤਸ ਵਾਲੇ ਮੈਂ ਅਤੇ ਅਸੀਂ ਇਨਸੇਮ ਹੈ ਇਕੱਠਿਆਂ ਹੀ ਹਾਸਲ ਕਰ ਸਕਦੇ ਹੋ ਅਲਾ ਪਤੰਤ ਦੀ ਕੈਟੇਗਰੀ ਹੈ ਬੀ ਪਤੰਤ ਦੀ ਕੈਟੇਗਰੀ ਬੀ ਦੇ ਨਾਲ ਇਕੱਠਿਆਂ ਹੀ ਹਾਸਲ ਕਰ ਸਕਦੇ ਹੋ ਕਿਵੇਂ ਹਾਸਲ ਕਰ ਸਕਦੇ ਹੋ ਜਿਸ ਟਾਈਮ ਤੁਸੀਂ ਬੀ ਦਾ ਹੁਣ ਸਭਾਂ ਤੋਂ ਸਾਨੂੰ ਇਗਜ਼ਾਮ ਹੀ ਦੇਣਾ ਬੀ ਦਾ ਤੁਸੀਂ ਕਹੋ ਨਹੀਂ ਅਸੀਂ ਬੀ 96 ਦਾ ਇਗਜ਼ਾਮ ਦੇਣਾ ਥਿਊਰੀ ਇੱਕੋ ਹੀ ਹੋਵੇਗੀ ਜੀ ਜਿਹੜਾ ਇਗਜ਼ਾਮ ਦੀ ਗਵਿਧਾ ਹੈ ਨਾ ਉਹ ਸਪੈਸ਼ਲ ਗੱਡੀ ਨਾਲ ਤੁਹਾਨੂੰ ਦੇਣਾ ਪੈਣਾ ਬਸ ਕਹਿੰਦੇ ਸੁਸਤੇ ਨੂੰ ਤੋਂ ਉਹਨਾਂ ਪ੍ਰੋਵਾ ਦੀ ਗਵਿਧਾ ਤੁਹਾਨੂੰ ਤੁਸੀਂ ਇੱਕ ਦੇਣਾ ਇੱਕ ਪ੍ਰੋਵਾ ਦੀ ਗਵਿਧਾ ਸੂਏ ਸਪੈਸੀਫਿਕ ਵੀ ਕੋਲ ਇੱਕ ਸਪੈਸ਼ਲ ਗੱਡੀ ਦੇ ਉਹ ਪੂਰੇ ਸੁੱਚੇ ਸੀ ਵੋ ਜਾਂ ਫਿਰ ਅੱਗੇ 6 ਸਾਲ ਬਾਅਦ 2 ਸਾਲ ਬਾਅਦ 4 ਸਾਲ ਬਾਅਦ ਜੀ ਤੁਹਾਡਾ ਖਿਆਲ ਆਉਂਦਾ ਤੁਹਾਨੂੰ ਕਿ ਤੁਸੀਂ B96 ਕਰਨਾ ਹੈ ਤੇ ਫਿਰ ਤੁਸੀਂ ਬਾਅਦ ਵਿੱਚ ਵੀ ਇਹ ਚੀਜ਼ ਕਰ ਸਕਦੇ ਹੋ ਅਰੇ ਜੇ ਅਸੀਂ ਜਿੱਦਾਂ ਬੀ ਦੇ ਵੀਡੀਓ ਕਰਨੇ ਆ ਤਾਂ ਉਹਦੇ ਨਾਲ ਹੀ ਅਸੀਂ B96 ਦੇ ਵੀ ਵੀਡੀਓ ਕਰ ਸਕਦੇ ਹਾਂ ਬਾਅਦ ਚ ਤੁਹਾਡੇ ਫਿਰ B96 ਦੇ ਹੀ ਵੀਡੀਓ ਹੋਣਗੇ ਬੀ ਦੇ ਵੀਡੀਓ ਨਹੀਂ ਹੋਣਗੇ ਤੁਸੀਂ ਹੁਣ ਕਰਨਾ ਚਾਹੁੰਦੇ ਹੋ ਨਾ B96 ਦੇ ਤੁਹਾਡੀ ਥਿਊਰੀ ਉਹ ਹੀ ਹੋਵੇਗੀ ਲੇਕਿਨ ਗਵੀ ਤੇ ਤੁਸੀਂ ਤੁਹਾਡੇ B96 ਦੇ ਹੋਣਗੇ ਥਿਊਰੀ ਇਹਨਾਂ ਦੀ ਕੋਈ ਹੈ ਠੀਕ ਹੈ ਕਿ ਜਿੱਦਾਂ ਮੰਨ ਲਓ ਕਿ ਅਸੀਂ ਬੀ ਦੇ ਵੀਡੀਓ ਕਰ ਲਈ ਹੈਨਾ ਮੈਨੂੰ ਫਿਰ ਹੁਣ ਐਗਜ਼ਾਮ ਦੀ ਗਵਿਧਾ ਦੇਣਾ ਪਵੇਗਾ ਸਿਰਫ ਠੀਕ ਹੈ ਇੱਕੋ ਟਾਈਮ ਤੇ ਦੇ ਸਕਦੇ ਹੋ ਤੁਸੀਂ ਜੇ ਚਾਹੁੰਦੇ ਹੋ ਤਾਂ ਯਾਨੀ ਕਿ ਹੁਣ ਜੇ ਤੁਸੀਂ ਬੀ ਤੇ ਅਪਲਾਈ ਕਰਦੇ ਹੋ ਨਾ ਪੇ ਤੁਸੀਂ ਕਹੋਗੇ ਕਿ ਅਸੀਂ B96 ਕਰਨਾ ਹੈ ਆਪਣੇ ਸਕੂਲੇ ਵਾਲਿਆਂ ਨੂੰ ਉਹ ਤੁਹਾਨੂੰ B96 ਕਰਾ ਦੇਣਗੇ ਠੀਕ ਹੈ ਨਹੀਂ ਮੇਰੇ ਖਿਆਲ ਨਾਲ ਮਤਲਬ ਭਾਜੀ ਜਿੱਦਾਂ ਮੰਨ ਲਓ ਕਿ ਅਸੀਂ ਅੱਜ ਬੀ ਦੇ ਬੀ ਦੇ ਫਿਨਿਸ਼ ਕਰ ਲਏ ਹਨਾ ਤੇ ਅਸੀਂ ਹੁਣ ਕੱਲ ਤੋਂ ਅਸੀਂ ਕਹੀਏ ਕਿ ਅਸੀਂ B96 ਦੇ ਸਟਾਰਟ ਕਰਨੇ ਆ ਇਦਾਂ ਕਰ ਸਕਦੇ ਹਾਂ ਮੈਂ ਭਾਬੀ ਜੇ ਤੁਸੀਂ ਹੁਣ ਕਰਨੇ ਨੇ ਹੁਣ ਤੁਸੀਂ B96 ਦਾ ਕਰ ਲਵੋ ਠੀਕ ਹੈ ਜੇ ਤੁਸੀਂ ਮੇਰੀ ਗੱਲ ਸੁਣੋ ਜੇ ਤੁਸੀਂ ਹੁਣ ਕਰਨੇ ਨੇ ਤੁਸੀਂ ਜ਼ਰੂਰੀ ਹੈ ਦੋ ਪੈਸੇ ਦੋ ਵੱਖਰੇ ਵੱਖਰੇ ਗਵੀਧਾਂ ਦੇ ਪੈਸੇ ਦੇਣੇ ਨੇ ਤੁਸੀਂ ਇੱਕੋ ਵਾਰੀ B96 ਦੇ ਦੇ ਲਓ ਨਾ ਜਨਰਲ ਨੌਲੇਜ ਦੀ ਗੱਲ ਪੁੱਛ ਰਹੀ ਹੈ ਕਿ ਜਦੋਂ ਅੱਜ ਬੀ ਦੇ ਫਿਨਿਸ਼ ਕਰੇ ਸਾਨੂੰ ਹੁਣ ਬਣ ਜੇ ਕਿ ਅਸੀਂ 96 ਦੇ ਵੀ ਕਰਨੇ ਆ ਕਰ ਸਕਦੇ ਹਾਂ ਮੈਂ ਉਹੀ ਕਹਿ ਰਿਹਾ ਨਾ ਕਰ ਸਕਦੇ ਹੋ ਦੇਖੋ ਅੱਜ ਮੇਰਾ 1.5 ਸਾਲ ਬਾਅਦ ਵੀ ਮੂਡ ਮੈਨੂੰ 1.5 ਸਾਲ ਹੋ ਗਿਆ ਲਾਇਸੈਂਸ ਲਿਆ ਜੇ ਮੇਰਾ 1.5 ਸਾਲ ਬਾਅਦ ਵੀ ਮੂਡ ਬਣਦਾ ਮੈਂ ਹੁਣ ਵੀ ਜਾ ਕੇ ਕਰ ਸਕਦਾ B96 ਦੇ ਗਵੀਧੇ ਠੀਕ ਹੈ ਕਰ ਸਕਦੇ ਹੋ ਠੀਕ ਹੈ ਜੇ ਮੈਂ ਵੈਸੇ ਕਹਿ ਰਿਹਾ ਕਿ ਜੇ ਤੁਸੀਂ ਕਰਨਾ ਹੀ ਨੇ ਪਹਿਲੇ ਉਹਦਾ ਗਵਿਧਾ ਕਰਨਾ ਫਿਰ ਉਹਦਾ ਦੂਜੇ ਦਾ ਗਵਿਧਾ ਕਰਨਾ ਤੁਸੀਂ ਇੱਕੋ ਵਾਰੀ B96 ਦੇ ਉਹਨਾਂ ਨੂੰ ਕਹਿ ਦਿਓ ਠੀਕ ਹੈ ਜਾਂ ਫਿਰ ਜੇ ਤੁਸੀਂ ਕਰਨਾ ਚਾਹੋ ਜੇ ਤੁਸੀਂ ਇੱਕ ਗਵਿਧਾ ਖਤਮ ਕਰਕੇ ਦੂਜਾ ਕਰਨਾ ਚਾਹੋ ਉੱਦਾਂ ਵੀ ਕਰ ਸਕਦੇ ਹੋ ਤੁਸੀਂ ਠੀਕ ਹੈ ਇਹ ਤੁਹਾਡੇ 'ਤੇ ਮਰਜ਼ੀ ਹੈ ਤੁਹਾਡੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਨਹੀਂ ਕਰਨਾ ਚਾਹੁੰਦੇ ਜਾਂ ਕਦ ਕਰਨਾ ਚਾਹੁੰਦੇ ਹੋ ਤੁਸੀਂ ਠੀਕ ਹੈ ਜੇ ਤੁਸੀਂ ਬਾਅਦ ਵਿੱਚ ਹੁਣ ਕਰੋਗੇ ਤਾਂ ਤੁਹਾਨੂੰ ਇਕੱਠੇ ਪੈਸੇ ਲੱਗ ਜਾਣਗੇ ਜੇ ਤੁਸੀਂ ਬਾਅਦ ਵਿੱਚ ਕਰੋਗੇ ਤਾਂ ਤੁਹਾਨੂੰ ਵੱਖਰੇ ਪੈਸੇ ਦੇਣੇ ਪੈਣਗੇ ਦੂਜੇ ਗਵਿਧੇ ਦੇ ਹਾਂਜੀ ਵੀਰ ਜੀ ਠੀਕ ਹੈ ਸਾਰੇ ਸਕੂਲ ਨੀ ਕਰਾਉਂਦੇ ਹੋਣੇ ਜੇ ਕੋਈ ਕਰਾਉਂਦਾ ਹੋਵੇ ਤਾਂ ਉਹਨੂੰ ਕਹਿਣਾ B96 ਤਾਂ ਆਪਾਂ ਗਵਿਧਾ ਕਰਨਾ ਇਸ ਵਲਿਆ ਤੋਂ ਫਰਮਾਰੇ ਗੱਲ ਜੀ ਆਉਂਦਾ ਕਿ ਅਬਿਲਤਾ ਅਲਾ ਗਵਿਧਾ ਦੀ ਮੋਟਰਸਾਈਕਲੀ ਅਬਿਲਿਟੀ ਹੁੰਦੀ ਹੈ ਡਰਾਈਵ ਕਰਨ ਦੀ ਮੋਟਰਸਾਈਕਲ ਦੀ ਪੋਟੈਂਸ ਆਫ ਫਿਨੋ 35 ਕਿਲੋਵਾਟ 35 ਕਿਲੋਵਾਟ ਦਾ ਡਰਾਈਵ ਕਰਨ ਦੀ ਪੋਟੈਂਸ ਇਜਾਜ਼ਤ ਹੁੰਦੀ ਹੈ ਗਲਤ ਕਹਿੰਦੇ ਪਏ ਸਿਰਫ ਆ ਉਹਨਾਂ ਦੀਆਂ ਗੱਡੀਆਂ ਚਲਾ ਸਕਦੇ ਨੇ AM ਦੀਆਂ B ਉਹਨਾਂ ਦੀਆਂ ਠੀਕ ਹੈ ਔਰ B ਦੀਆਂ ਇਹ ਇਹਦੀਆਂ ਗੱਡੀਆਂ ਇਹ ਜਿਹੜੀ ਹੈ ਨਾ 35 ਕਿਲੋਵਾਟ ਇਹ ਆਦੂਏ ਦੀਆਂ ਗੱਡੀਆਂ ਨੇ ਆਦੂਏ ਵਿੱਚ ਲਿਮਿਟ ਹੁੰਦੀ ਹੈ 35 ਕਿਲੋਵਾਟ ਇਹ ਨਹੀਂ ਚਲਾ ਸਕਦੇ ਗਲਤ ਕਹਿੰਦੇ ਪਏ ਸੀ ਪੋਸਟਨ ਇਨਫਾਤੀ ਇਹ ਹਕੀਕਤ ਵਿੱਚ ਕਰ ਸਕਦੇ ਨੇ ਗਵਿਦਾਰੇ ਸੋਲੋ ਡਰਾਈਵ ਕਰਦੇ ਨੇ ਸਿਰਫ ਇਨ ਇਟਾਲੀਆ ਸਿਰਫ ਇਟਲੀ ਵੀ ਡਰਾਈਵ ਕਰ ਸਕਦੇ ਨੇ ਦੀ ਕੁਆਲੀ ਲਾ ਚਿੰਦਾ ਤਾਂ ਫਿਨੋ 125 cc ਦੀ ਪੋਤੈਂਜ਼ਾ ਫਿਨੋ 11 ਕਿਲੋਵਾਟ ਜਿਹਨਾਂ ਦੀ 125 cc ਮੋਟਰਸਾਈਕਲ ਔਰ 11 ਕਿਲੋਵਾਟ ਦੇ ਕਿਹੜੇ ਦਲਾ ਪਤੰਤ ਆਊ ਨੋ ਜਿਹੜਾ ਕਿ ਪਤੰਤ ਆਊ ਨੋ ਲਈ ਜਿਹਦੇ ਲਈ ਪੁੱਛਦੇ ਨੇ ਉਹ ਤੁਸੀਂ ਚਲਾ ਸਕਦੇ ਹੋ ਉਹਦੀ ਅਤ ਸੁਨਾਤ ਅਤ ਸੁਨੋਦਾਤੀ ਜਾਂ ਫਿਰ ਇੱਕ ਅਤ ਸੁਨੋਦਾਤੀ ਕਰ ਸਕਦੇ ਹੋ
qué può essere conseguito solo se si già in possesso della patente E? ਕਹਿੰਦੇ ਜਾਂ ਫਿਰ ਤੁਸੀਂ ਆ ਤੋਂ ਸੁਣਾਉਂਦਾ ਤੀ ਕਹਿੰਦੇ ਲੰਬੀ ਬੱਸ ਹੁੰਦੀ ਹੈ, ਬੱਸ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਠੀਕ ਹੈ, ਇਹਦੇ ਲਈ ਤਾਂ ਡੀ ਜਾਂ ਡੀ ਪਤਾ ਨਹੀਂ ਲੱਗਦਾ। ਓਕੇ ਪੋਸਰ ਕੰਸਕਵੀਤਾ ਜਾਂ ਫਿਰ ਤੁਸੀਂ ਹਾਸਲ ਕਰ ਸਕਦੇ ਹੋ ਸੋਲੋ ਸੇ ਜਾਂ ਇਨ ਪ੍ਰੋਸੈਸ ਦੇ ਲਈ ਪਤੰਤ ਏ, ਜੇ ਸਿਰਫ ਜੇ ਤੁਹਾਡੇ ਕੋਲ ਪਤੰਤ ਏ ਹੈ ਤਾਂ ਫਿਰ ਹਾਸਲ ਕਰ ਸਕਦੇ ਹੋ। ਇਹ ਵੀ ਗਲਤ ਕਹਿੰਦੇ ਨੇ ਵੀ ਇਹ ਪਤੰਤ ਦੇ ਨਾਲ ਉਹ ਮੋਟਰਸਾਈਕਲ ਵਾਲਾ ਹੁੰਦਾ, ਇੱਦਾਂ ਕੋਈ ਤਲਕ ਹੀ ਨਹੀਂ ਹੈ ਵੀ। ਓਕੇ ਪਰਮੇਤੇ ਦੀ ਟਰਾਂਜ਼ਿਟਾਰੇ ਰਿਮੋਰਕਿਓ ਸੋਨੋ ਇਟਾਲੀਆ ਜਾਂ ਫਿਰ ਅਲਾਓ ਕਰਦਾ ਰਿਮੋਰਕਿਓ ਚਲਾਉਣ ਦੀ ਸਿਰਫ ਇਟਲੀ ਵਿੱਚ। ਗਲਤ ਕਹਿੰਦੇ ਪਏ ਕਿਉਂਕਿ ਅਸੀਂ ਉੱਤੇ ਪੜ੍ਹ ਕੇ ਆਏ ਹਾਂ ਕਿ ਅਸੀਂ ਬਾਹਰ ਵੀ ਚਲਾ ਸਕਦੇ ਹਾਂ, ਠੀਕ ਹੈ, ਬਾਹਰ ਦੇ ਮੁਲਕ ਵੀ ਸਾਰੇ ਸਾਰੀ ਯੂਰੋਪੀਅਨ ਯੂਨੀਅਨ ਵਿੱਚ ਇਹ ਅਲਾਓ ਹੈ ਵੇ, ਠੀਕ ਹੈ, ਕਾਨੂੰਨ ਹੈ ਵੇ B96 ਵਾਲਾ। ਅੱਗੇ ਆ ਜਾਓ BE BE ਜਿਵੇਂ ਲਿਮਿਟ ਇਹਦੀ 3500 kg ਗੱਡੀ, ਗੱਡੀ ਦੀ ਲਿਮਿਟ 3500 kg ਤੋਂ ਵੱਧ ਨਹੀਂ ਸਕਦੀ। 3500 kg ਰਿਮੋਰਕਿਓ, ਰਿਮੋਰਕਿਓ ਦੀ ਕੀਮਤ ਲਿਮਿਟ ਵੀ 3500 kg ਤੋਂ ਵੱਧ ਨਹੀਂ ਸਕਦੀ। ਟੋਟਲ ਕਿੰਨਾ? 7000 kg। ਫੋਰ ਐਗਜ਼ਾਮਪਲ ਤੁਹਾਨੂੰ ਸਵਾਲ ਆਉਂਦਾ ਕਿ 4000 kg ਗੱਡੀ ਹੈ, 2000 kg ਰਿਮੋਰਕਿਓ ਹੈ, ਭਾਬੀ ਜੀ ਆਪਣਾ ਕਰਮੋਨਾ ਵਾਲੇ ਭਾਬੀ ਜੀ ਹੈ ਨੇ, ਭਾਬੀ ਜੀ 4200 kg ਗੱਡੀ ਹੈ, 4000 kg 4000 kg ਗੱਡੀ ਹੈ, 2000 kg ਗੱਡੀ ਹੈ, ਟੋਟਲ ਕਿੰਨਾ ਹੋਇਆ? ਸਰਬਜੀਤ ਹੈ ਨੇ ਭਾਬੀ ਜੀ, ਹੈ ਨੇ ਪੋਲੰਗਰ ਵਾਲੇ, ਪੋਲੰਗਰ ਵਾਲੇ ਭਾਬੀ ਜੀ ਕੋਈ ਨੀ ਬੋਲਦਾ ਆਪਣਾ ਡੱਕੂਨੀ ਜਿਲੇ ਭਾਬੀ ਜੀ ਆਪਣਾ ਵਿੱਕੀ ਭਾਜੀ। ਹਾਂਜੀ ਭਾਜੀ, ਵਿੱਕੀ ਭਾਜੀ ਕਿਹੜੀ ਗੱਡੀ ਚਾਹੀਦੀ ਹੈ, ਕਿਹੜਾ ਪਤੰਤ ਚਾਹੀਦਾ ਜੀ? ਠੀਕ ਹੈ, ਗੱਡੀ ਦਾ ਵਜ਼ਨ ਨਹੀਂ ਹੋਣਾ ਚਾਹੀਦਾ ਤੇ ਜਿਹੜਾ ਰਿਮੋਰਕਿਓ ਦਾ ਵੇਟ ਹੈ ਉਹ ਘੱਟ ਸਕਦਾ ਹੈ। ਇਹਦਾ ਉਹਨੋ ਰਿਮੋਰਕਿਓ ਦੀ ਮਾਸਾ ਫਿਨੋ 3500 kg, ਉਹ ਇੱਕ ਰਿਮੋਰਕਿਓ ਜਿਹਦਾ ਵਜ਼ਨ 3500 kg ਹੋਵੇ। ਕਵਿੰਦੀ ਯਾਨੀ ਕਿ ਅਣਕਿ ਜਿਹੜਾ ਮਾਸਾ ਦਿਲ ਕੰਪਲੈਸੋ ਵਿਕੋਲਾਰੇ, ਭਾਵੇਂ ਜਿਹੜਾ ਮਾਸਾ ਜਿਹੜਾ ਕੰਪਲੀਟ ਗੱਡੀ ਦਾ ਵਜ਼ਨ ਬਣਦਾ ਹੋਏ ਚਲਾਉਣ ਲਈ ਸੁਪਰੀਓਰੀਓ 4250 kg 4250 kg ਤੋਂ ਵੱਧ ਜਾਏਗਾ, ਮਾਫੀਨੋ ਆ 7000 kg, ਲੇਕਿਨ 7000 kg ਤੱਕ ਰਹੇਗਾ, ਠੀਕ ਹੈ, 7000 kg ਤੋਂ ਲੱਭੇਗਾ ਵਧੇਗਾ। 3500 kg ਦਾ ਮੋਤਰੀ ਚ ਮੋਟਰ ਦਾ ਗੱਡੀ ਦਾ ਵਜ਼ਨ 3500 kg, 3500 kg ਦਾ ਰਿਮੋਰਕਿਓ, 3500 kg ਹੋਵੇਗਾ ਰਿਮੋਰਕਿਓ ਦਾ ਵਜ਼ਨ। ਅਬਿਲਿਤਾ ਅਨਕੇ ਅਲਗਵੀਦਾ ਦੀ ਵਿਕੋਲੀ ਅਬਿਲਿਟੀ ਹੁੰਦੀ ਡਰਾਈਵ ਕਰਨ ਦੀ ਗੱਡੀਆਂ ਦੀ, ਕਿ ਸੀ ਪੋਸੋਨੋ ਕੰਦੂਰੇ ਕੋਨ ਲੈ ਪਤੰਤ ਦੀ ਕੈਟੇਗਰੀਆ AM, ਜਿਹੜੇ ਕਿ ਤੁਸੀਂ ਡਰਾਈਵ ਕਰ ਸਕਦੇ ਹੋ ਪਤੰਤ ਦੀ ਕੈਟੇਗਰੀ AM ਨਾਲ, BUNO ਨਾਲ, ਬੀ ਦੇ ਨਾਲ, ਬੀ ਕੋਨਕੋਦਚੇ ਅਰਮੋਨੀਜ਼ਾਤੋ 96 B96 ਦੇ ਨਾਲ, ਇਹ ਸਾਰੀਆਂ ਪਤੰਤਿਆਂ ਦੀ ਗੱਡੀਆਂ ਵੀ ਤੁਸੀਂ ਚਲਾ ਸਕਦੇ ਹੋ।
ਇਸ ਵੇਲੇ ਤਾਂ ਫਰਮਾ ਰਹੇ ਗਲਤੀ ਆਉਂਦਾ ਹੈ ਕੇਲਾ ਪਤੰਤ ਦੀ ਕੈਟੇਗਰੀ ਹੈ ਬੀ ਈ ਜਿਹੜੇ ਪਤੰਤ ਦੀ ਕੈਟੇਗਰੀ ਬੀ ਈ ਹੁੰਦੀ ਹੈ ਸਿਪੋ ਕੰਸਗਵੀਰ ਹੈ ਤੁਸੀਂ ਹਾਸਲ ਕਰ ਸਕਦੇ ਹੋ ਅਨਕ ਕੰਟੈਸਟੋ ਵਾਲੇ ਮਿਹਨਤੇ ਚੁਏ ਇਨ ਸੇਮ ਹੈ ਯਾਨੀ ਕਿ ਇਕੱਠਿਆਂ ਕੋਲਾ ਪਤੰਤ ਦੀ ਕੈਟੇਗਰੀ ਹੈ ਬੀ ਕਹਿੰਦੇ ਪਤੰਤ ਦੀ ਕੈਟੇਗਰੀ ਬੀ ਦੇ ਨਾਲ ਹਾਸਲ ਕਰ ਸਕਦੇ ਹੋ ਗਲਤ ਕਹਿੰਦੇ ਨੇ ਬੇ ਕਿਉਂਕਿ ਇਹਦੇ ਲਈ ਕਿਉਂਕਿ ਇਹਦੇ ਵਿੱਚ ਰਮੋਰ ਕੀ ਹੁੰਦਾ ਭਾਰਾ ਛੋਟਾ ਰਮੋਰ ਕੀ ਨਹੀਂ ਹੁੰਦਾ 350 ਕਿਲੋ ਦਾ ਰਮੋਰ ਕੀ ਵੀ ਹੁੰਦਾ ਇਸ ਕਰਕੇ ਭਾਰੀ ਗੱਡੀ 'ਚ ਆਵੇਗੀ ਇਹਦੀ ਥਿਊਰੀ ਵੀ ਵੱਖਰੀ ਹੋਵੇਗੀ ਉਹਦਾ ਪ੍ਰੈਕਟੀਕਲ ਵੀ ਵੱਖਰਾ ਹੋਵੇਗਾ ਜਿਹੜੀ ਇਹ ਇਨਸੇਮ ਇਕੱਠਿਆਂ ਕਰਨ ਵਾਲਾ ਸਿਸਟਮ ਜਿਹੜਾ ਨਾ ਬੀ ਨਾਲ ਹੀ ਇਹ B96 ਸਿਰਫ ਕਰ ਸਕਦੇ ਹੋ ਪਤੰਤੇ ਬੀ ਈ ਦੀ ਥਿਊਰੀ ਵੀ ਵੱਖਰੀ ਲੱਗੇਗੀ ਔਰ ਪ੍ਰੈਕਟੀਕਲ ਵੀ ਵੱਖਰਾ ਲੱਗੇਗਾ ਖਾ ਕਿੰਨੀ ਵੀ ਥਿਊਰੀ ਲੱਗੇ ਕੁਝ ਚੀਜ਼ਾਂ ਤੁਹਾਨੂੰ ਸਮਝਾਉਣਗੇ ਔਰ ਪ੍ਰੈਕਟੀਕਲ ਵੱਖਰਾ ਚੁਏ ਵਾਲੇ ਸੋਲੋ ਪਰ ਲੈ ਪਤੰਤੇ ਬੀ ਕੋਨ ਕੋਦਚੀ 96 ਸਿਰਫ ਇਹ ਵਾਇਲਡ ਹੋਵੇਗਾ B96 ਦੇ ਲਈ ਹੈਪੀ ਨੇ ਹੈਪੀ ਨਾਲ ਚੱਕੀ ਹੈ ਹੈਪੀ ਬਹੁਤ ਯਾਦ ਕਰਦਾ ਬਰਾਵੋ ਹੈਪੀ ਲੈ ਕਿੱਥੇ ਭਾਜੀ ਮੈਂ ਤੁਹਾਨੂੰ ਆ ਦੋ ਬਾਅਦ ਚੋਂ ਫਿਰ ਫੋਨ ਲਾਵਾਂ ਮੈਂ ਸ਼ਬਦ ਜਿਹਾ ਲਿਖੇ ਪੁੱਛਣੇ ਸੀ ਉਹ ਕੱਢੇ ਨਹੀਂ ਹੈਗੇ ਜਿਹੜਾ ਤੁਸੀਂ ਟ੍ਰਾਂਸਲੇਟਰ ਦੱਸਿਆ ਕਿਹੜੀ ਕੋਈ ਮਸਲਾ ਨਹੀਂ ਤੁਸੀਂ ਨਾਲ ਨਾਲ ਵਟਸਐਪ ਤੇ ਸੈਂਡ ਕਰ ਦਿਆ ਕਰ ਮੈਂ ਤੁਹਾਨੂੰ ਬਾਅਦ ਵਿੱਚ ਫੋਨ ਕਰ ਲਾਂਗਾ ਕੋਈ ਮਸਲਾ ਠੀਕ ਹੈ ਠੀਕ ਠੀਕ ਅਮਾਨ ਭਾਜੀ ਆ ਗਏ ਨੇ ਪ੍ਰਿਸ਼ਵਲੀ ਸਰਜੀਤ ਭਾਜੀ ਸਰਬੀਤ ਜੀ ਤੇ ਆਪਣਾ ਤਲਵਿੰਦਰ ਭਾਜੀ ਸਰਵਿੰਦਰ ਆਪਣਾ ਵਿੱਕੀ ਭਾਜੀ ਕਾਲਾਂ ਸਾਰੀਆਂ ਲੱਗੀਆਂ ਨੇ ਜਿਹੜੀਆਂ ਤੁਹਾਡੇ ਕੋਲ ਲੱਗੀਆਂ ਸੀ ਹਾਂਜੀ ਭਾਜੀ ਲੱਗੀਆਂ ਮੇਰੇ ਕੋਲ ਜੀ ਜਸ ਭਾਜੀ ਲੱਗੀਆਂ ਕਾਲਾਂ ਆਪਣੇ ਇੱਕ ਸੀਗਾ ਉਹ ਵੀ ਪਹਿਲਾਂ ਹੀ ਲੱਗਣੀ ਸੀ ਕਲਾਸ ਬਾਕੀ ਤਾਂ ਪਹਿਲਾਂ ਹੀ ਨਹੀਂ ਅੱਜ ਹੈਗੇ ਸੀ ਭਾਜੀ ਕਾਲ ਠੀਕ ਠੀਕ ਜਸ ਭਾਜੀ ਲੱਗੀਆਂ ਕਾਲਾਂ ਹਾਂਜੀ ਵਿੱਕੀ ਉਹਨੇ ਬੋਲਦੇ ਤਾਂ ਲੱਗੀ ਹੋਈ ਨੇ ਸਾਰੀਆਂ ਜੀ ਓਕੇ ਓਕੇ ਆਪਣਾ ਚਾਹੇ ਸ਼ੈਂਪੀ ਤੇਰੀਆਂ ਲੱਗੀਆਂ ਸਾਰੀਆਂ ਅੱਗੇ ਹਾਂਜੀ ਹਾਂਜੀ ਮਾਂ ਵੀ ਲੱਗੀਆਂ ਹਾਂਜੀ ਹਾਂਜੀ ਅੱਜ 813 ਨੰਬਰ ਪੇਜ ਤੇ ਤੇ ਸੁਰਿੰਦਰ ਹੈਪੀ ਵੀ ਆ ਗਏ ਬਸ ਇਹੀ ਸੀ ਨਾ ਬੰਦੇ 813 ਨੰਬਰ ਪੇਜ ਏ ਰਿਤਿਰਾ ਰਹੇ ਹੋ ਜਾਣਾ ਪਤਨ ਤੇ ਠੀਕ ਹੈ ਜਿਵੇਂ ਤੁਹਾਨੂੰ ਜੁਰਮਾਨਾ ਪੈਂਦਾ ਨਾ ਕਿ ਤੁਹਾਡੇ ਉਹ ਪਾਕਿਸਤਾਨ ਦੀ ਹੁੰਦਾ ਸੀ ਕਿ ਸਾਨੂੰ ਕਾਪੀ ਵਾਪਸ ਲੈ ਲੈਂਦੇ ਸਰ ਕਾਪੀ ਲੈ ਲੈਣਾ ਜੁਰਮਾਨਾ ਦਿਓ ਜਾ ਕੇ ਪੈਸੇ ਅਤੇ ਫਿਰ ਕਾਪੀ ਜਾ ਕੇ ਕਢਾ ਕੇ ਲਿਆਉਣੀ ਠੀਕ ਹੈ ਇੱਦਾਂ ਹੁੰਦਾ ਸੀ ਨਾ ਲਾਇਸੈਂਸ ਲੈ ਲੈਣਾ ਜ਼ਬਤ ਕਰ ਲੈਣਾ ਅਤੇ ਜਿਹੜੇ ਖੋਹ ਲੈਂਦੇ ਤੁਹਾਡੇ ਕੋਲ ਪਤੰਤੇ ਚਲਾਨ ਜਿਵੇਂ ਕਰਦੇ ਨੇ ਜੋ ਵੀ ਹਿਸਾਬ ਕਿਤਾਬ ਹੈ ਅਤੇ ਉਹ ਫਿਰ ਤੁਸੀਂ ਜਾ ਕੇ ਪਤੰਤੇ ਜੁਰਮਾਨਾ ਸ਼ਾਨਾ ਦੇ ਕੇ ਲੈ ਕੇ ਆਉਂਦੇ ਹੋ ਠੀਕ ਹੈ ਇਹਦੇ ਵਿੱਚ ਰੀਤੀ ਰਾਹ ਰਹੇ ਹੋਣ ਵਿੱਚ ਠੀਕ ਹੈ ਅਦਰਾ ਜੇ ਰੀਤੀ ਰਾਹ ਰਹੇ ਹੋਣ ਦੇ ਪੰਜ ਕੁਝ 6-7 ਪੁਆਇੰਟ ਨੇ ਉਹ ਬਾਅਦ ਹੀ ਲਿਖਾਉਂਦਾ ਮੈਂ ਠੀਕ ਹੈ ਅਤੇ ਕਿਹਨਾਂ ਸੀਟਾਂ ਵਿੱਚ ਹੁੰਦਾ ਹੈ ਤੁਸੀਂ ਕਾਪੀ ਪੈਨਸਲ ਆਪਣੀ ਨਾਲ ਤਿਆਰ ਰੱਖਣਾ ਕਹਿੰਦੇ ਕੌਨਸੀਸ ਤੇ ਨਾਲ ਰਿਤੀਰੋ ਪ੍ਰੋਵੀਜ਼ੋਰੀਓ ਚੁਏ ਟੈਂਪੋਰੀਆ ਇਹ ਕਹਿੰਦੇ ਨੇ ਟੈਂਪਰੇਰੀ ਤੌਰ 'ਤੇ ਤੁਹਾਡੇ ਪਤੰਤੇ ਰੀਤੀ ਰਾਹ ਰਹੇ ਹੋ ਜਾਂਦਾ ਹੈ ਦਿਲਾ ਪਤੰਤੇ ਤੁਹਾਡਾ ਡਿਸਪੋਜ਼ ਤਾਂ ਦਿੱਲੀ ਏਜੰਤੀ ਦਲ ਟ੍ਰਾਫਿਕੋ ਏਜੰਤੀ ਦਲ ਟ੍ਰਾਫਿਕੋ ਟ੍ਰਾਫਿਕ ਏਜੰਟ ਜਿਹੜਾ ਉਹਦੀ ਤਰਫੋਂ ਤਿਆਰ ਹੁੰਦਾ ਹੈ ਰਿਤੀਰੋ ਦਲ ਪਤੰਤੇ ਯਾਨੀ ਕਿ ਪੁਲਿਸ ਜਿਹੜਾ ਏਜੰਤੀ ਦਲ ਟ੍ਰਾਫਿਕੋ ਉਹ ਤੁਹਾਡਾ ਰੀਤੀ ਰਾਹ ਕਰੇਗਾ ਪਤੰਤੇ ਪੁਲਿਸ ਜਾਂ ਕਾਰਬਨੇਰੀ ਇਚਤਰਾ ਇਚਤਰਾ ਪੁਲਿਸ ਵਾਲਾ ਕਾਰਬਨੇਰੀ ਵਾਲਾ ਵਗੈਰਾ ਵਗੈਰਾ ਕੁਆਂਦੋ ਚੈਰ ਤੋਂ ਜਿਸ ਟਾਈਮ ਉਹਨਾਂ ਨੂੰ ਪਤਾ ਲੱਗਦਾ ਹੈ ਅਲਕੂਨੀ ਤਿੱਪੀ ਦੀ ਇਰੈਗੂਲਰੀਤਾ ਕਿਸੇ ਟਾਈਪ ਦੀ ਜੇ ਇਰੈਗੂਲਰ ਕਿਸੇ ਟਾਈਪ ਦਾ ਕੋਈ ਤੁਸੀਂ ਉਲੰਘਣ ਕਰਦੇ ਹੋ ਠੀਕ ਹੈ ਇਰੈਗੂਲਰ ਬਿਹੇਵੀਅਰ ਕਰਦੇ ਹੋ ਤੁਸੀਂ ਕੋਈ ਲਪਤੰਤੇ ਵੀ ਹੈ ਨਹੀਂ ਰਿਸ਼ਤੀ ਤਵੀਤਾ ਕੋਸੀ ਸੂਬੀ ਤੋਂ ਸੂਬੀ ਤੋਂ ਤੁਹਾਡਾ ਪਤੰਤੇ ਯਾਨੀ ਕਿ ਚਲਾਨ ਹੋ ਜਾਏਗਾ ਨੋਨ ਆਪੇ ਨਾ ਸੁਣਾ ਤੋਂ ਰੈਗੂਲਰੀਤਾ ਕੋਈ ਗੁਨਾਹ ਕੀਤਾ ਹੋਵੇ ਉਸ ਟਾਈਮ ਮੈਨੂੰ ਕੇਸੀ ਆ ਦੇਬੋ ਪ੍ਰੋਚੇਦਰੇ ਦਲਾ ਸਸਪੈਂਸ਼ੀਓਨੇ ਓਲਾ ਰਿਵੋਕਾ ਇਹਦੇ ਤੋਂ ਘੱਟ ਕੇ ਜੇ ਤੁਹਾਡਾ ਪਤੰਤੇ ਸਸਪੈਂਸ਼ੀਓਨੇ ਵਿੱਚ ਸਸਪੈਂਸ਼ੀਓਨੇ ਅੰਦਰ ਸਸਪੈਂਡ ਹੋ ਜਾਏ ਉਹ ਅਲਾ ਰਿਵੋਕਾ ਜਾਂ ਫਿਰ ਰਿਵੋਕਾ ਹੋ ਜਾਵੇ ਕਿਉਂਕਿ ਇਹ ਵੱਡੀਆਂ ਸਜ਼ਾਵਾਂ ਨੇ ਜੇ ਹੋ ਜਾਣਗੀਆਂ ਸਸਪੈਂਸ਼ੀਓਨੇ ਜਿਵੇਂ ਹੋਣਾ ਪਤੰਤੇ 15 ਦਿਨ ਤੋਂ ਲੈ ਕੇ 2 ਸਾਲ ਤੱਕ ਸਸਪੈਂਸ਼ੀਓਨੇ ਸਸਪੈਂਡ ਹੋ ਸਕਦਾ ਪਤੰਤੇ 15 ਦਿਨ ਤੋਂ ਲੈ ਕੇ 2 ਸਾਲ ਤੱਕ ਯਾਨੀ ਕਿ ਜੇ ਰਿਵੋਕਾ ਮੈਂ ਦੱਸਦਾ ਸਸਪੈਂਸ਼ੀਓਨੇ ਹੁੰਦਾ ਹੈ ਮੈਂ ਦੱਸਦਾ ਭਾਬੀ ਜੀ ਹਾਂਜੀ ਮੈਂ ਦੱਸਦਾ ਸਸਪੈਂਸ਼ੀਓਨੇ ਹੁੰਦਾ ਹੈ 15 ਦਿਨ ਤੋਂ ਲੈ ਕੇ 2 ਸਾਲ ਤੱਕ ਤੁਹਾਡੇ ਸਸਪੈਂਡ ਕਰ ਦੇਣਗੇ ਜੇ ਤੁਹਾਡਾ ਪਤੰਤੇ ਸਸਪੈਂਡ ਕਰ ਦੇਣ ਨਾ ਤਾਂ ਤੁਸੀਂ ਫਿਰ ਸਸਪੈਂਡ ਪਤੰਤੇ ਨਾਲ ਗੱਡੀ ਚਲਾਉਂਦੇ ਫੜੇ ਜਾਓ ਅਤੇ ਫਿਰ ਤੁਹਾਡਾ ਪਤੰਤੇ ਫਿਰ ਵੀ ਰਿਵੋਕਾ ਹੋ ਜਾਂਦਾ ਰਿਵੋਕਾ ਕੀ ਹੁੰਦਾ ਤੁਹਾਡਾ ਪਤੰਤੇ ਹਮੇਸ਼ਾ ਲਈ ਵਾਪਸ ਲੈ ਲੈਂਦੇ ਨੇ ਸਸਪੈਂਡ ਹੋਣਾ ਪਤੰਤੇ ਤੋਂ ਮੁਰਾਦ ਯਾਨੀ ਕਿ ਤੁਹਾਡੇ ਤੁਹਾਨੂੰ ਬਲੈਕਲਿਸਟ ਕਰ ਦਿੱਤਾ ਨੇ 2 ਸਾਲ ਲਈ ਤੁਸੀਂ ਗੱਡੀ ਨਹੀਂ ਚਲਾ ਸਕਦੇ 10 ਦਿਨ ਲਈ ਗਡਾ 15 ਦਿਨ ਲਈ ਚਲਾ ਨਹੀਂ ਸਕਦੇ
ਦੋ ਮਹੀਨੇ ਨੇ ਛੇ ਮਹੀਨੇ ਲਈ ਨਹੀਂ ਚਲਾ ਸਕਦੇ ਗੱਡੀ, ਉਸ ਪੀਰੀਅਡ ਤੋਂ ਬਾਅਦ ਤੁਸੀਂ ਚਲਾ ਸਕਦੇ ਹੋ, ਸਸਪੈਂਡ ਹੋਣ ਦਾ ਮਕਸਦ ਹੁੰਦਾ ਹੈ। ਰਿਵੋਕਾ ਹੁੰਦਾ ਪੱਕਾ ਤੁਹਾਡੇ ਕੋਲ ਪਤਨ 'ਤੇ ਵਾਪਸ ਲੈ ਲੈਣਾ, ਠੀਕ ਹੈ। ਕਹਿੰਦੇ ਇਹ ਰਿਚੀ ਰੋ ਅਮੀਜੇ 'ਚ ਆਵਿਆ ਨਹੀਂ, ਇਮੀਜੀਏਟਲੀ ਰੀਤੀ ਰਾਹ ਰਿਹਾ ਹੁੰਦਾ ਪਤਨ 'ਤੇ ਤੁਹਾਡਾ। ਕੁਆਂਦੋ ਚੈਰ ਤੁਹਾਨੂੰ ਕਿਹਾ ਕੰਦੂ ਚੈਂਤੇ ਗੁਈਦਾ ਕੁੰਨ ਜਿਸਟਮ ਉਹਨੂੰ ਕੁਆਂਦੋ ਚੈਰ ਤੋਂ ਜਿਸਟਮ ਉਹਨੂੰ ਪਤਾ ਲੱਗਦਾ ਹੈ, ਇਲ ਕੰਦੂ ਚੈਂਤੇ ਜਿਹੜਾ ਡਰਾਈਵਰ ਹੈ ਗੁਈਦਾ ਡਰਾਈਵ ਕਰਦਾ ਸੀ, ਕੁੰਨ ਪਤੰਤੇ ਦੀ ਬਤੰਤੇ ਲਾ ਕੁਈ ਵਲਦੀ ਤਾ ਸਕਾਦੂ ਦਾ, ਜਿਸਟਮ ਪਤੰਤੇ ਦੀ ਵੈਲਿਡਿਟੀ ਸਕਾਦੂ ਤੋਂ ਐਕਸਪਾਇਰ ਡੇਟ ਪਤੰਤੇ ਡਰਾਈਵ ਕਰਦਾ ਸੀ, ਅਤੇ ਉਸ ਟਾਈਮ ਰੀਤੀ ਰਾਹ ਹੋ ਜਾਏਗਾ। ਕੁਆਂਦੋ ਇਲ ਕੰਦੂ ਚੈਂਤੇ ਅਲਾ ਗੁਈਦਾ ਇਨ ਸਤਾਤੇ ਦੀ ਬਰੇਜ਼ਾ, ਜਿਸਟਮ ਗੱਡੀ ਦਾ ਡਰਾਈਵਰ ਅਲਕੋਹਲ ਪੀ ਕੇ ਗੱਡੀ ਚਲਾ ਰਿਹਾ ਹੋਵੇ ਟੁੰਨ ਹੋ ਕੇ, ਇਨ ਤਾਲੇ ਕਾਜ਼ੋ ਇਸ ਕੇਸ ਵਿੱਚ ਪ੍ਰੋਚੇ ਦੇ ਅਨਕਿਲਾ ਸਸਪੈਂਸ਼ਨ ਹੈ, ਇਸ ਕੇਸ ਵਿੱਚ ਜੇ ਤੁਸੀਂ ਅਲਕੋਹਲ ਪੀ ਕੇ ਗੱਡੀ ਚਲਾਉਂਦੇ ਸਸਪੈਂਡ ਵੀ ਹੋ ਸਕਦਾ ਪਤੰਤ 'ਤੇ, ਇਹ ਵਾਲਾ ਰਿਵਿਜ਼ੀਓਨ ਹੈ ਦਲਾ ਪਤੰਤ 'ਤੇ ਔਰ ਰਿਵਿਜ਼ੀਓਨ ਦਲਾ ਪਤੰਤ 'ਤੇ ਵੀ ਹੋ ਸਕਦੀ ਹੈ, ਰਿਵਿਜ਼ੀਓਨ ਵੀ ਪਤੰਤ 'ਤੇ ਹੁਣ ਸਸਪੈਂਸ਼ਨ ਤੁਹਾਨੂੰ ਦੱਸਿਆ ਹੋਤਾ ਰਿਵੋਕਾ ਤੁਹਾਨੂੰ ਦੱਸਿਆ, ਰਿਵਿਜ਼ੀਓਨ ਕਿਹੜੀ ਸਜ਼ਾ ਹੁੰਦੀ ਹੈ, ਰਿਵਿਜ਼ੀਓਨ ਦਲਾ ਪਤੰਤ 'ਤੇ ਹੁੰਦਾ ਜਿਵੇਂ ਕਿ ਤੁਹਾਡੀ ਜਾਂ ਤੁਹਾਡੇ 'ਤੇ ਉਹਨਾਂ ਨੂੰ ਸ਼ੱਕ ਪੈ ਜਾਏ ਜਾਂ ਉਹਨਾਂ ਨੂੰ ਉਹ ਕਹਣ ਕਿ ਤੁਹਾਨੂੰ ਥਿਊਰੀ 'ਤੇ ਆਉਂਦੀ ਨਹੀਂ ਹੈ ਵੀ ਤੁਸੀਂ ਪਤੰਤ 'ਤੇ ਥਿਊਰੀ ਕਿਵੇਂ ਪਾਸ ਕੀਤੀ, ਤੁਹਾਨੂੰ ਡਰਾਈਵ ਕਰਨੀ ਨਹੀਂ ਆਉਂਦੀ, ਤੁਹਾਡੇ 'ਤੇ ਐਗਜ਼ਾਮ ਦੀ ਗੁਵਿਧਾ ਪਾ ਦੇਣ, ਰਿਵਿਜ਼ੀਓਨ ਦਲਾ ਪਤੰਤ 'ਤੇ ਮੁਰਾਦ ਹੁੰਦੀ ਹੈ ਵੀ ਉਹਨਾਂ ਨੂੰ ਸ਼ੱਕ ਜੇ ਪਵਾ ਤੁਹਾਨੂੰ ਥਿਊਰੀ ਨਹੀਂ ਆਉਂਦੀ, ਤੁਹਾਨੂੰ ਬੋਰਡਾਂ ਦਾ ਵੀ ਪਤਾ ਹੈ ਵੀ ਜਾਂ ਤੁਸੀਂ ਕੈਮਰੇ ਨਾਲ ਲਾਇਸੈਂਸ ਕੀਤੇ ਜਿਵੇਂ ਵੀ, ਯਾਨੀ ਕਿ ਤੁਹਾਨੂੰ ਥਿਊਰੀ ਨਹੀਂ ਆਉਂਦੀ, ਸਿੰਪਲ ਹੈ, ਅਤੇ ਫਿਰ ਉਹ ਤੁਹਾਡੇ 'ਤੇ ਐਗਜ਼ਾਮ ਦੀ ਰਿਵਿਜ਼ੀਓਨ ਪਾ ਦੇਣ ਵੀ ਤੁਸੀਂ ਦੁਬਾਰਾ ਥਿਊਰੀ ਦਾ ਐਗਜ਼ਾਮ ਕਰੋ, ਜਾਂ ਫਿਰ ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਹੈ ਵੀ ਉਹ ਕਹਣ ਕਿ ਦੁਬਾਰਾ ਤੁਸੀਂ ਐਗਜ਼ਾਮ ਇਹਦੀ ਗੁਵਿਧਾ ਕਰੋ, ਠੀਕ ਹੈ, ਉਹਨੂੰ ਰਿਵਿਜ਼ੀਓਨ ਵੀ ਕਹਿੰਦੇ ਨੇ। ਕਹਿੰਦੇ ਇਸ ਕੇਸ ਵਿੱਚ ਸਸਪੈਂਸ਼ਨ ਵੀ ਹੋ ਸਕਦੀ ਹੈ, ਅਲਕੋਹਲ ਵੀ ਗੱਡੀ ਚਲਾਉਂਦੇ ਹੋ ਰਿਵਿਜ਼ੀਓਨ ਦਲਾ ਪਤੰਤ ਵੀ ਹੋ ਸਕਦੀ ਹੈ, ਨਿਆਨ ਕਿ ਦਿਕਰਸ਼ੀਆਂ ਦੀ ਪੁੰਤੀ ਦਿਕਰਸ਼ੀਆਂ ਕੱਟੀਆਂ ਜਾ ਸਕਦੀਆਂ ਨੇ ਪੁੰਤੀਆਂ ਵੀ ਪਤੰਤੇ ਵਿੱਚੋਂ, 20 ਪੁੰਤੀਆਂ ਹਰ ਪਤੰਤੇ ਦੀ ਆਉਂਦੀਆਂ ਨੇ, ਤਾਲੇ ਬੋਲ ਤਾਂ ਅਨ ਕੇ ਅਰੈਸਟ ਤੋਂ ਕਈ ਵਾਰੀ ਅਰੈਸਟ ਵੀ ਕਰ ਸਕਦੇ ਹਾਂ ਤੁਹਾਨੂੰ, ਠੀਕ ਹੈ, ਥਾਣੇ ਵੀ ਲੈ ਜਾ ਸਕਦੇ ਹਾਂ ਤੁਹਾਨੂੰ, ਠੀਕ ਹੈ। ਸੇ ਇਸ ਵੀਹ ਤੋਂ ਇੰਚੀ ਦੈਨ 'ਤੇ ਜੇ ਐਕਸੀਡੈਂਟ ਕੀਤਾ ਸੁਣ ਦੀ ਬਾਅਦ ਹੀ ਲੈਸੀਓਨ ਨੇ ਬੰਦਿਆਂ ਨੂੰ, ਉਸ ਕੇਸ ਵਿੱਚ ਵੀ ਰਿਵਿਜ਼ਨ ਤਿਰਾਰ ਹੋ ਸਕਦਾ ਹੈ, ਇਨ ਤਾਲੇ ਕਾਜ਼ ਹੋ ਇਸ ਕੇਸ ਵਿੱਚ ਅਵੀਐਨ ਹੀ ਅਨਕਿਲਾ ਸਸਪੈਂਸ਼ਨ ਹੈ, ਇਸ ਕੇਸ ਵਿੱਚ ਸਸਪੈਂਡ ਵੀ ਹੋ ਸਕਦਾ ਬਦਲਦੇ ਉਹਲਾ ਰਿਵਿਜ਼ੀਓਨ ਦਲ ਬਦਲਦੇ ਉਹ ਰਿਵਿਜ਼ੀਓਨ ਦਲ ਬਦਲਦੇ ਵੀ ਹੋ ਸਕਦੀ ਹੈ। ਜਿੰਨੀ ਵਾਰੀ ਮਰਜ਼ੀ ਜਿਹੜਾ ਜਿਹੜਾ ਚੀਜ਼ ਸਮਝ ਨਹੀਂ ਲੱਗਦੀ ਨਾਲ ਪੁੱਛਿਆ ਕਰੋ ਬਰਾਵਾ ਸ਼ਾਬਾਸ਼। ਸੇ ਸਿਗਵੀ ਤੋਂ ਦਿਨ ਦੀ ਇੰਚੀ ਲੈਂਦੇ ਤੁਸੀਂ ਇੱਕ ਐਕਸੀਡੈਂਟ ਵਿੱਚ ਇਨਵੋਲਵ ਐਕਸੀਡੈਂਟ ਤੁਹਾਡੇ ਹੱਥੋਂ ਹੋ ਗਿਆ, ਠੀਕ ਹੈ, ਫੋਟੋ ਖਿੱਚ ਲਓ। ਸੋਨਾ ਦਰੀਵਾਤ ਹੀ ਲੈਸੀ ਉਹਨੇ ਜੇ ਤੁਸੀਂ ਚੋਟਾਂ ਦਿੱਤੀਆਂ ਨਾ ਪਰਸੋਂ ਨੇ ਬੰਦਿਆਂ ਨੂੰ ਐਕਸੀਡੈਂਟ ਕੀਤਾ ਬੰਦਿਆਂ ਨੂੰ ਚੋਟਾਂ ਲੱਗੀਆਂ ਨੇ, ਇਨ ਤਾਲੇ ਕਾਜ਼ ਹੋਇਆ ਵੀ ਹੈ ਨਹੀਂ ਅਨਕਿਲਾ ਸਸਪੈਂਸ਼ਨ ਹੈ ਓਲਾ ਰਿਵਿਜ਼ੀਓਨ ਦਲਾ ਪਤੰਤ 'ਤੇ, ਇਸ ਕੇਸ ਵਿੱਚ ਤੁਹਾਡਾ ਸਸਪੈਂਸ਼ਨ ਹੈ ਪਤੰਤ 'ਤੇ ਸਸਪੈਂਡ ਹੋ ਸਕਦਾ ਔਰ ਰਿਵਿਜ਼ੀਓਨ ਵਿੱਚ ਪੈ ਸਕਦਾ ਤੁਹਾਡਾ ਪਤੰਤ 'ਤੇ। ਸੇਲ ਕੰਦੂਚਿਆਂ 'ਤੇ ਨੋਨ ਸਿਸਤੇਮਾ ਕੁਰਤਮੈਨ 'ਤੇ ਕਾਰੀਕੋ, ਜਿਸ ਕੰਦੂਚਿਆਂ 'ਤੇ ਡਰਾਈਵਰ ਨਾ ਸਿਸਤੇਮਾਰ ਕਰੇ ਸਹੀ ਤਰੀਕੇ ਨਾਲ ਕਾਰੀਕੋ ਔਰ ਮਾਲ ਦਿਸਪੋਜ ਜਾਂ ਗਲਤ ਤਰੀਕੇ ਨਾਲ ਉਹਨੂੰ ਸੈੱਟ ਕਰੇ ਕਾਰੀਕੋ ਨੂੰ ਸਮਾਨ ਨੂੰ ਸਹੀ ਬੱਧਿਆ ਨਾ ਹੋਵੇ। ਐਗਜ਼ਾਮ ਵੀ ਮਿਸਾਲ ਤੌਰ 'ਤੇ ਕਿ ਸਪੋਰਜੇ ਅਲਦਰ ਲਿਮੀਤ 31 ਦੀ ਮਿਸਾਲ ਤੌਰ 'ਤੇ ਜੇ ਸਪੋਰਜੇ ਉਹਨਾਂ ਦਾ ਪਿੱਛੇ ਲਟਕਿਆ ਹੋਵੇ ਜਾਂ ਸੱਜੇ ਖੱਬੇ ਨਿਕਲਿਆ ਹੋਵੇ, ਜਿਹੜੀ ਲਿਮਿਟ ਹੈ ਉਹਦੇ ਤੋਂ ਜ਼ਿਆਦਾ ਬਾਹਰ ਨਿਕਲਿਆ ਹੋਵੇ, ਫੋਰ ਐਗਜ਼ਾਮਪਲ 30% ਪਿੱਛੇ ਹੁੰਦਾ ਲਿਮਿਟ 43% ਤੋਂ ਜਿਹਦਾ ਗੱਡੀ ਲੰਬਾਈ ਹੁੰਦੀ ਹੋ 30% ਤੁਸੀਂ ਪਿੱਛਾ ਲਟਕਾ ਸਕਦੇ ਹੋ, ਯਾਨੀ ਕਿ 40% ਜੇ ਪਿੱਛਾ ਲਟਕਾ ਲਓਗੇ ਓਵਰ ਹੋ ਜਾਏਗਾ ਲਿਮਿਟ। ਸਾਡਾ ਤਾਂ 30 ਸੈਂਟੀਮੀਟਰ ਹੁੰਦਾ ਹੈ ਲੂਚਿਤ ਪੁਜ਼ੀਸ਼ਨ ਤੋਂ ਲੈ ਕੇ ਸੱਜੇ ਔਰ ਖੱਬੇ, ਔਰ ਤੁਸੀਂ 40 ਸੈਂਟੀਮੀਟਰ ਸੱਜੇ ਜਾਂ ਖੱਬੇ ਕਰ ਲੈਂਦੇ ਹੋ ਓਵਰ ਹੋ ਗਿਆ ਲਿਮਿਟ ਤੋਂ, ਠੀਕ ਹੈ, ਅਤੇ ਉਸ ਸੂਰਤ ਵਿੱਚ ਰਿਤਰਾਜ ਦਲ ਪਤੰਤੇ ਹੋ ਸਕਦਾ ਹੈ। ਦੋ ਪੋਇਨ ਵੀਹ ਤੋਂ ਲਈ ਔਰਗਾਨ ਦੀ ਪੁਲਿਸ ਜਾਂ ਜਿਸਟਮ ਪੁਲਿਸ ਔਰਗਨਾਈਜੇਸ਼ਨ ਦੇ ਹੱਥੇ ਚੜ ਗਈ ਜਿਵੇਂ ਕੁਆਂਦੋ ਇਲ ਕੰਦੂ ਚੈਂਤੇ ਓਬਲੀਗੋ, ਜਿਸਟਮ ਡਰਾਈਵਰ ਲਈ ਓਬਲੀਗੋ ਆਵੇ ਅਸੁਸਤਨੇਰ ਉਹਨੂੰ ਐਗਜ਼ਾਮ ਦੀ ਰਿਵਿਜ਼ੀਓ ਨੇ, ਜਿਸਟਮ ਡਰਾਈਵਰ ਲਈ ਓਬਲੀਗੋ ਆਵੇ ਐਗਜ਼ਾਮ ਦੀ ਰਿਵਿਜ਼ੀਓ ਨੇ ਦੇਣਾ, ਐਗਜ਼ਾਮ ਰਿਵਿਜ਼ੀਓ ਨੇ ਕੀ ਹੁੰਦਾ ਜਿਵੇਂ ਤੁਹਾਡੇ ਦੱਸਿਆ ਤੁਹਾਨੂੰ ਕਿ ਪੁੰਤੀਆਂ ਕੱਟ ਜਾਂਦੀਆਂ ਨੇ ਜਾਂ ਉਹਨਾਂ ਨੂੰ ਸ਼ੱਕ ਪੈਂਦਾ ਤੁਹਾਨੂੰ ਸਿਗਨਲਾਂ ਦਾ ਨਹੀਂ ਪਤਾ ਹੈ ਬੋਰਡਾਂ ਛੋਟਾਂ ਦਾ ਨਹੀਂ ਪਤਾ ਹੈ ਵੀ ਥਿਊਰੀ ਨਹੀਂ ਪੜ੍ਹੀ ਹੈ ਵੀ, ਅਤੇ ਕਹਿੰਦੇ ਜਿਸ ਟਾਈਮ ਤੱਕ ਤੁਸੀਂ ਐਗਜ਼ਾਮ ਦੀ ਰਿਵਿਜ਼ੀਓ ਨਹੀਂ ਨਾ ਦਿੰਦੇ ਹੈ ਵੀ ਉਦੋਂ ਤੱਕ ਤੁਹਾਡਾ ਪਤੰਤੇ ਰੀਤੀ ਰਾਹ ਵਿੱਚ ਰਹੇਗਾ। ਨੋਨ ਵੀ ਸੀ ਐਸ ਉੱਤੋਂ ਪਹੁੰਚ ਜਾਂ 3 ਮਹੀਨੇ ਪ੍ਰਸਕ੍ਰਿਤੀ, ਤੁਸੀਂ ਜਿਹੜਾ ਤੁਹਾਡੇ 'ਤੇ ਐਗਜ਼ਾਮ ਹੈ ਓਬਲੀਗੋ ਕੀਤਾ ਗਿਆ ਸੀ ਥਿਊਰੀ ਦੇ ਜਾਂ ਪ੍ਰੈਕਟੀਕਲ ਦਾ, ਉਹਦੇ ਵਿੱਚ ਤੁਸੀਂ ਗੁਜ਼ਰੇ ਨਹੀਂ ਹੈ ਵੀ ਲਾ ਪਤੰਤੇ ਵੀ ਹੈ ਨਹੀਂ ਰੀਤੀ ਰਾਹ ਦਾ ਪਤੰਤੇ ਤੁਹਾਡਾ ਰੀਤੀ ਰਾਹ ਹੋ ਜਾਏਗਾ, ਇਹ ਸੁਸਪੇਸ ਦਾ ਅਟੈਂਪੋ ਇਨ ਦੀ ਤਰਮੀਨਾਤ ਹੋ ਔਰ ਸਸਪੈਂਡ ਹੋ ਜਾਏਗਾ ਹਮੇਸ਼ਾ ਦੇ ਲਈ। ਜੇ ਫਿਰ ਨੂੰ ਅਕਵਾਂਦੋ ਨੋਨ ਚੀਜ਼ ਸੀ ਸੋ ਤੋਂ ਪਾਉਣ ਲਈ ਐਗਜ਼ਾਮ ਹੀ ਮੈਦੀ ਜੀ ਔਲੇ ਤੱਕ ਦੀ ਚੀਜ਼ ਪ੍ਰਸਕ੍ਰਿਤੀ,
ਯਾਨੀ ਕਿ ਜਦੋਂ ਤੱਕ ਤੁਸੀਂ ਨਹੀਂ ਗੁਜ਼ਰੇ ਹੈ ਵੀ ਮੈਡੀਕਲ ਦੇ ਜਾਂ ਟੈਕਨੀਕਲ ਦੇ, ਟੈਕਨੀਕਲ ਦਾ ਥਿਊਰੀਆਂ ਥਿਊਰੀਆਂ ਪ੍ਰੈਕਟੀਕਲ ਦਾ ਐਗਜ਼ਾਮ ਹੁੰਦਾ ਉਹਦੇ ਵਿੱਚ ਨਹੀਂ ਗੁਜ਼ਰੇ ਹੈ ਵੀ ਉਦੋਂ ਹੀ ਤੁਹਾਡਾ ਬਦਨ ਧੇਰੀ ਤੇਰਾ ਰਹੇਗਾ। ਅੱਗੇ ਸਿਗਵੀਤੋ ਵਿਓਲਾਸ਼ੀਓਨ ਹੈ ਕਿ ਕੰਪੋਰਤਾ ਸੰਸ਼ੀਓਨ ਚਿਜ਼ਾਰੀਓ, ਇੱਦਾਂ ਦੀ ਕੋਈ ਵਿਓਲਾਸ਼ੀਓਨ ਹੈ, ਵਿਓਲਾਸ਼ੀਓਨ ਹੁੰਦਾ ਉਲੰਘਣ, ਇੱਦਾਂ ਦਾ ਕੋਈ ਉਲੰਘਣ ਕਰੋ ਜਿਹਦੇ ਵਿੱਚ ਕੰਪੋਰਤ ਸ਼ਾਮਿਲ ਹੋਇਆ, ਲੈ ਲਾ ਸੰਸ਼ੀਓਨ ਚਿਜ਼ਾਰੀਆ, ਜਿਹਦੇ ਸ਼ਾਮਿਲ ਹੈ ਸੰਸ਼ੀਓਨ ਚਿਜ਼ਾਰੀਆ ਦੇ ਲਾ ਸਸਪੈਂਸ਼ਨ ਦਲ ਪਤੰਦ ਤੇ, ਪਤੰਦ ਦਾ ਸਸਪੈਂਡ ਹੋਣਾ। ਐਗਜ਼ੈਂਪੀਓ ਸੰਸ਼ੀਓਨ ਚਿਜ਼ਾਰੀਆ ਹੁੰਦੀ ਹੈ ਜਿਹਦੇ ਵਿੱਚ ਜਿਹਦੇ ਨਾਲ ਕਈ ਸਜ਼ਾਵਾਂ ਜੁੜੀਆਂ ਹੁੰਦੀਆਂ ਨੇ, ਇਕੱਲੀ ਸਜ਼ਾ ਨਹੀਂ ਹੁੰਦੀ, ਠੀਕ ਹੈ। ਸੰਸ਼ੀਓਨ ਚਿਜ਼ਾਰੀ ਕਈ ਸਜ਼ਾਵਾਂ ਜੁੜੀਆਂ ਦਿਲ ਸਸਪੈਂਸ਼ਨ ਦਲ ਪਤੰਦ ਪਤੰਦ ਜਿਵੇਂ ਸਸਪੈਂਡ ਹੋ ਜਾਂਦਾ ਹੈ। ਐਗਜ਼ੈਂਪੀਓ ਕੁਆਂਦੋ ਸੀ ਸੋਪੇਰਾਨੋ ਦੀ 40 ਕਿਲੋਮੀਟਰ ਲਿਮਿਟ ਦੀ ਵਿਲੋਸਿਟੀ ਦਾ ਇੰਪੋਜ਼ ਦੀ, ਜਿਹਨੇ ਲਿਮਿਟ ਦੀ ਵਿਲੋਸਿਟੀ ਇੰਪੋਜ਼ ਦੀ ਲਾਗੂ ਹੁੰਦੀ ਹੋਈ ਹੋਵੇ ਉਹਦੇ ਵਿੱਚੋਂ ਓਵਰ ਲਿਮਿਟ ਕਰਨਾ, 40 ਦੀ ਓਵਰ ਗਤੀ ਲਿਮਿਟ ਕਰਨਾ। ਫੋਰ ਐਗਜ਼ਾਮਪਲ ਆਤਸਰਾ ਦੇ ਕਿੰਨੀ ਲਿਮਿਟ ਹੁੰਦੀ ਹੈ ਗਤੀ ਦੀ? 130 ਜੇ 40 ਓਵਰ ਕਰੀਏ ਤਾਂ ਕਿੰਨੀ ਹੋ ਜਾਏਗੀ? 170। ਬਰਾਵੋ, ਜੇ 170 ਤੋਂ ਉੱਤੇ ਗੱਥੀ ਕਰੋ ਤਾਂ ਫਿਰ ਸੈਂਸੀਓਨ ਚਿਜ਼ਾਰੀ ਪਵੇਗੀ, ਉਹਦੇ ਵਿੱਚ ਸਸਪੈਂਡ ਵੀ ਹੋ ਸਕਦਾ ਪਤੰਦ 'ਤੇ, ਔਰ ਉਹਦੇ ਵਿੱਚ ਰਿਤਰਾਰ ਵੀ ਹੋ ਸਕਦੇ, ਠੀਕ ਹੈ। ਹੁਣ ਕੁਝ ਪੁਆਇੰਟ ਲਿਖ ਲਵੋ, ਠੀਕ ਹੈ। ਕਿੰਨਾ ਸੂਰਤਾਂ ਵਿੱਚ ਪਤੰਦ 'ਤੇ ਰਿਤਰਾਰ ਹੋ ਸਕਦਾ? ਇੱਕ ਨੰਬਰ, ਜਿਸ ਟਾਈਮ ਤੁਹਾਡੇ ਪਤੰਦ ਐਕਸਪਾਇਰ ਡੇਟ ਪਤੰਦ 'ਤੇ ਨਾਲ ਗੱਡੀ ਚਲਾਉਂਦੇ ਹੋਵੋ, ਇੱਕ ਨੰਬਰ 'ਤੇ ਪੰਜਾਬੀ ਲਿਖ ਲਓ, ਠੀਕ ਹੈ। ਜਿਸ ਟਾਈਮ ਤੁਸੀਂ ਐਕਸਪਾਇਰ ਡੇਟ ਪਤੰਦ 'ਤੇ ਨਾਲ ਸਕਾਦੂ ਤੋਂ ਵੈਲਦੀ ਤਾਂ ਸਕਾਦੂ ਤੋਂ ਜਿਹਦੀ ਹੋਇਆ ਐਕਸਪਾਇਰ ਡੇਟ ਪਤੰਦ 'ਤੇ ਨਾਲ ਗੱਡੀ ਚਲਾਉਂਦੇ ਹੋਵੋ, ਉਹਦੇ ਨਾਲ ਆਖਰੀ ਪੇਜ 'ਤੇ ਚੱਕ ਲਿਖਣਾ, ਠੀਕ ਹੈ। ਉੱਥੇ ਲਿਖਣਾ ਰੀਤੀ ਰੋਦਲ ਪਤੰਦ 'ਤੇ, ਰਿਤਰਾ ਰੋਦਲ ਪਤੰਦ 'ਤੇ, ਰੀਤੀ ਰੋਦਲ ਪਤੰਦ 'ਤੇ ਲਿਖਿਆ ਰਹਿਣਾ। ਇੱਕ ਨੰਬਰ 'ਤੇ ਜਿਸ ਟਾਈਮ ਸਕਾਦੂ ਤੋਂ ਐਕਸਪਾਇਰ ਡੇਟ ਪਤੰਦ 'ਤੇ ਨਾਲ ਗੱਡੀ ਚਲਾਓਗੇ ਰਿਤਰਾ ਰੇ ਹੋ ਜਾਏਗਾ। ਦੂਸਰੇ ਨੰਬਰ 'ਤੇ ਕੁਆਂਦੋ ਲਿਕੰਦੂ ਚੈਂਤੇ ਅਲਾ ਗੁਈਦਾ ਇਨ ਸੋ, ਜਿਸ ਟਾਈਮ ਡਰਾਈਵਰ ਅਲਕੋਹਲ ਪੀ ਕੇ ਗੱਡੀ ਚਲਾ ਰਿਹਾ ਹੋਵੇ, ਤੀਸਰੇ ਨੰਬਰ 'ਤੇ ਲਿਖੇ ਚੈੱਕ ਕਰੋ ਤੀਸਰੇ ਨੰਬਰ 'ਤੇ ਐਕਸੀਡੈਂਟ ਕੀਤਾ ਔਰ ਬੰਦੇ ਨੂੰ ਚੋਟਾਂ ਵਗੈਰਾ ਲੱਗੀਆਂ ਹੋਣ 'ਤੇ, ਇੱਕ ਐਕਸੀਡੈਂਟ ਵਿੱਚ ਬੰਦੇ ਨੂੰ ਚੋਟਾਂ ਵਗੈਰਾ ਲਾਈਆਂ ਹੋਣ ਅਸੀਂ ਤਾਂ ਰੀਤੀ ਰੋਦਲ ਬਦਨ 'ਤੇ ਹੋ ਸਕਦੇ। ਚੌਥੇ ਨੰਬਰ 'ਤੇ ਸਮਾਨ ਗਲਤ ਤਰੀਕੇ ਨਾਲ ਜਾਂ ਓਵਰ ਲੱਦਿਆ ਹੋਵੇ, ਪੰਜਵੇਂ ਨੰਬਰ 'ਤੇ ਓਬਲੀਗੋ ਹੋਵੇ ਇਗਜ਼ਾਮ ਰਿਵੀਜ਼ਨ ਹੈ ਜਦ ਤੋਂ ਨਹੀਂ ਔਰ ਉਹਦੇ ਵਿੱਚ ਉਹਦੇ ਪ੍ਰੋਸੈਸ ਵਿੱਚ ਤੁਸੀਂ ਗੁਜ਼ਰੇ ਨਾ ਹੋਵੋ, ਇਗਜ਼ਾਮ ਰਿਵੀਜ਼ਨ ਹੋਵੇ ਓਬਲੀਗੋ ਔਰ ਤੁਸੀਂ ਇਗਜ਼ਾਮ ਦਿੱਤਾ ਨਾ ਹੋਵੇ ਜਦ ਤੱਕ। ਇਗਜ਼ਾਮ ਰਿਵੀਜ਼ਨ ਜਿਹੜਾ ਹੈ ਤੁਹਾਡੇ ਤੋਂ ਓਬਲੀਗੋ ਹੋਵੇ ਵੀ ਤੁਸੀਂ ਇਗਜ਼ਾਮ ਰਿਵੀਜ਼ਨ ਓਬਲੀਗੋ ਹੋਣ ਮੁਰਾਦ ਨਹੀਂ ਕਿ ਕੌਣ ਤੁਹਾਡੀ ਤੁਸੀਂ ਥਿਊਰੀ ਦੁਬਾਰਾ ਕਰੋ ਜਾਂ ਪ੍ਰੈਕਟੀਕਲ ਦੁਬਾਰਾ ਕਰੋ ਜਾਂ ਇਗਜ਼ਾਮ ਦੀ ਮੈਡੀਕੋ ਦੁਬਾਰਾ ਕਰੋ, ਉਹ ਤੁਹਾਡੇ ਤੋਂ ਓਬਲੀਗੋ ਹੈ, ਇਗਜ਼ਾਮ ਰਿਵੀਜ਼ਨ ਹੈ ਔਰ ਤੁਸੀਂ ਉਹ ਅਜੇ ਤੋਂ ਨਹੀਂ ਇਗਜ਼ਾਮ ਕੀਤਾ ਨਾ ਹੋਵੇ। ਛੇਵੇਂ ਨੰਬਰ 'ਤੇ ਜੇ 40 ਕਿਲੋਮੀਟਰ ਪਰ ਆਵਰ ਓਵਰ ਗੱਥੀ ਚਲਾਓ, ਓਵਰ ਸਪੀਡ ਚਲਾਓ, ਅੱਗੇ ਕਹਿੰਦੇ ਨੇ ਨੋਨ ਐਵੀਐਨੀ ਇਲ ਰਿਤੀ ਰੋਦਲ ਪਤੰਤੇ ਦਿਗਵੀਦਾ, ਰਿਤੀ ਰੋਦਲ ਪਤੰਤੇ ਦਿਗਵੀਦਾ ਨਹੀਂ ਹੁੰਦਾ ਐਵੀ, ਕਿੰਨਾ ਸੂਰਤਾਂ 'ਚ ਨਹੀਂ ਹੁੰਦਾ ਐਵੀ? ਨੋਨ ਐਵੀਐਨੀ ਰਿਤੀ ਰੋਦਲ ਪਤੰਤੇ, ਰਿਤੀ ਰੋਦਲ ਪਤੰਤੇ ਨਹੀਂ ਹੁੰਦਾ ਐਵੀ ਪਤੰਤ ਦਿਗਵੀਦਾ। ਕੁਆਂਦੋ ਸੀ ਚਿਰਕੋਲਾ ਇਨ ਇਟਾਲੀਆ, ਜਿਸ ਟਾਈਮ ਤੁਸੀਂ ਇਟਲੀ ਵੀ ਚਲਾਉਣ ਲੱਗੇ ਹੋਵੋ ਗੱਡੀ, ਕੋਲਾ ਪਤੰਤ ਸ਼ਾਹ ਤੋਂ ਦਾ ਉਹਨੂੰ ਸਤਾ ਤੋਂ ਹਿੱਸਾ ਲੈ ਰਹੋ, ਜਿਸ ਟਾਈਮ ਪਤੰਤ ਇਸ਼ੂ ਹੋਇਆ ਹੋਇਆ ਬਾਹਰ ਦੇ ਮਿਲਕ ਵਿੱਚੋਂ, ਯਾਨੀ ਕਿ ਫੋਰ ਐਗਜ਼ਾਮਪਲ ਫਰਾਂਸ ਜਾਂ ਜਰਮਨੀ ਦਾ ਪਤੰਤ ਹੋਵੇ, ਰਿਲਾਸ਼ ਸ਼ਾਹ ਤੋਂ ਉੱਥੋਂ ਕੀਤਾ ਗਿਆ ਹੋਇਆ ਇਸ਼ੂ ਉੱਥੋਂ ਹੋਇਆ ਹੋਇਆ ਤਾਂ ਤੁਸੀਂ ਇੱਥੇ ਗੱਡੀ ਚਲਾਉਂਦੇ ਹੋਵੋ, ਇਨਕਵੀ ਸੀ ਈ ਰੈਜੀਡੈਂਟੀ, ਇੱਥੇ ਤੁਸੀਂ ਰੈਜੀਡੈਂਸ ਹੋਵੋ, ਈ ਨੋਨ ਕੋਮੇਤੋਨ ਇਨਫਰਾਜ਼ੀਓਨ ਹੈ ਔਰ ਨਾ ਤੁਸੀਂ ਕੋਈ ਉਲੰਘਣ ਕਰਦੇ ਹੋ ਕਰੋ। ਕੁਆਂਦੋ ਸੀ ਚਿਰਕੋਲਾ ਸੈਂਸਾ ਵੇਰੇ ਕੌਂਸਲ ਪਤੰਤੇ,
ਔਰ ਜਾਂ ਫਿਰ ਜਿਸ ਟਾਈਮ ਤੁਸੀਂ ਪਤੰਤੇ ਤੋਂ ਬਿਨਾਂ ਗੱਡੀ ਚਲਾ ਰਹੇ ਹੋ, ਇੱਕ ਪਤੰਤੇ ਹੈਗਾ ਵੇ ਲੇਕਿਨ ਘਰੇ ਭੁੱਲ ਆਇਓ, ਉਹ ਤਾਂ ਇਨਫਰਾਜ਼ੀਓਨ ਵਾਲੀ ਦੇਖੋ ਹੈ ਕਹਿੰਦੇ ਨੇ ਇਨਫਰਾਜ਼ੀਓਨ ਹੈ, ਐਨ ਈ ਵਾਲਾ ਜਿਹੜਾ ਇਨਫਰਾਜ਼ੀਓਨ ਹੁੰਦਾ ਨਾ ਇੱਥੇ ਐਨ ਆਈ ਹੈ ਉਹਦੇ ਐਂਡ ਤੇ, ਇਨਫਰਾਜ਼ੀਓਨ ਹੀ ਹੈ ਠੀਕ ਹੈ, ਇਨਫਰਾਜ਼ੀਓਨ ਇਹਨੂੰ ਲੋਟ ਕਰ ਲਓ, ਇਨਫਰਾਜ਼ੀਓਨ ਨੀ ਐਨ ਐਨ ਦੇ ਅੱਗੇ ਐਂਡ ਤੇ ਈ ਇੰਗਲਿਸ਼ ਵਾਲਾ ਆਵੇ ਨਾ ਤੇ ਉਹ ਜਿਸ ਸਵਾਲ ਵਿੱਚ ਆਉਂਦਾ ਉਹ ਸਵਾਲ ਫਾਲਸ ਹੁੰਦੇ ਨੇ ਉਹ ਵਾਲੇ, ਜਿਹੜਾ ਹੈ ਨੀ ਇਨਕਰੀਜ਼ ਯਾਰ ਰੈਜੀਡੈਂਸ ਇੱਥੇ ਲੈ ਕੇ ਤੁਸੀਂ ਇੱਥੇ ਰੈਜੀਡੈਂਸ ਹੋ, ਨੋਨ ਸਿਕੋਮੈ ਅਤੇ ਇਨਫਰਾਜ਼ੀਓਨ ਹੈ ਔਰ ਤੁਸੀਂ ਕੋਈ ਉਲੰਘਣ ਨਹੀਂ ਕਰਦੇ ਹੈ ਵੀ, ਇਨਫਰਾਜ਼ੀਓਨ ਨਹੀਂ ਹੈ ਨਾ ਐਨ ਆਈ ਹੈ ਐਂਡ ਦੇ, ਐਨ ਆਈ ਦੀ ਥਾਂ 'ਤੇ ਐਨ ਈ ਹੋਵੇ ਐਂਡ ਦੇ, ਉਹ ਜਿਸ ਸਵਾਲ ਵੀ ਜਿਹਨਾਂ ਸਵਾਲਾਂ ਵਿੱਚ ਆਵੇ ਐਨ ਈ ਆਉਣਾ ਚਾਹੀਦਾ ਐਂਡ ਦੇ ਇੰਗਲਿਸ਼ ਵਾਲਾ ਈ, ਅਤੇ ਉਹ ਜਿਸ ਸਵਾਲ ਵਿੱਚ ਆਵੇਗਾ ਉਹ ਸਵਾਲ ਫਾਲਸ ਹੁੰਦੇ ਨੇ ਠੀਕ ਹੈ, ਗਲਤ ਹੁੰਦੇ ਨੇ, ਕਾਫੀ ਮੁਸ਼ਕਿਲ ਸਵਾਲ ਹੈ ਹੱਲ ਕਰਾਂਦੇ, ਕਹਿੰਦੇ ਨੇ ਕਹਿੰਦੇ ਤੁਸੀਂ ਜਿਹਦੇ ਕੋਲ ਜਿਸ ਤਰ੍ਹਾਂ ਤੁਸੀਂ ਚੱਲਦੇ ਹੋ ਸੈਂਸ ਆਵੇਰ ਕੌਣ ਸੇ ਪਤਨ ਤੇ ਕੌਣ ਸੇ ਕਾਰਤਾ ਦੀ ਚਿਰਕਰਸ਼ੀਓ ਨੇ, ਸੋਰੀ ਪਤੰਤੇ ਨਹੀਂ, ਜਿਸ ਟਾਈਮ ਤੁਸੀਂ ਚੱਲਦੇ ਹੋ ਕੌਣ ਤੁਸੀਂ ਚਿਰਕਾ ਜਿਸ ਟਾਈਮ ਤੁਸੀਂ ਚੱਲਦੇ ਹੋ ਸੈਂਸ ਆਵੇਰੇ ਕੌਣ ਸੇ ਕਰਤ ਚਿਰਕਰਸ਼ੀਓ ਨੇ, ਕਰਤ ਚਿਰਕਰਸ਼ੀਓ ਦੇ ਬਿਨਾਂ ਚੱਲਦੇ ਤੁਸੀਂ ਗੱਡੀ, ਯਾਨੀ ਕਿ ਗੱਡੀ ਦੇ ਡਾਕੂਮੈਂਟ ਗੱਡੀ ਦੀ ਜਿਹੜੀ ਲਿਬਰਤ ਹੋਇਆ ਤੁਸੀਂ ਘਰੇ ਛੱਡ ਆਏ ਹੋ ਉਹ ਨਾਲ ਲੈ ਕੇ ਨਹੀਂ ਚਲਾ ਰਹੇ ਗੱਡੀ, ਕੌਣ ਸਰਟੀਫਿਕਾਟ ਦੀ ਪ੍ਰੋਪਰੀਏਤਾ ਜਾਂ ਫਿਰ ਸਰਟੀਫਿਕਾਟ ਦੀ ਪ੍ਰੋਪਰੀਏਤਾ ਦਾ ਜਿਹੜਾ ਨਾਲ ਨਹੀਂ ਲਿਆ ਕੇ ਆਇਆ ਹੈ, ਸਰਟੀਫਿਕਾਟ ਦੀ ਪ੍ਰੋਪਰੀਏਤਾ ਜਿਹੜਾ ਮਾਲਕ ਹੋਰ ਦਾ ਸਰਟੀਫਿਕੇਟ ਹੁੰਦਾ ਹੈ ਉਹ ਲਾਜ਼ਮੀ ਨਹੀਂ ਹੁੰਦਾ ਗੱਡੀ ਵਿੱਚ ਰੱਖਣ, ਤੁਹਾਨੂੰ ਪਹਿਲੇ ਵੀ ਦੱਸਿਆ ਸੀ ਠੀਕ ਹੈ, ਜੇ ਤੁਸੀਂ ਸਰਟੀਫਿਕਾਟ ਗੱਡੀ ਦਾ ਜੇ ਸਰਟੀਫਿਕਾਟ ਕਾਹਤਾ ਚਿਕਰਸ਼ੀਓ ਨੇ ਗੱਡੀ ਦੀ ਲਿਬਰੇ ਉੱਤੇ ਗੱਡੀ ਦੇ ਡਾਕੂਮੈਂਟ ਨਹੀਂ ਨਾ ਲਾ ਕੇ ਨਾਲ ਲੈ ਕੇ ਆਏ ਉਹਦਾ ਇੱਕ ਜੁਰਮਾਨਾ ਹੋਵੇਗਾ, ਜਿਹੜਾ ਸਰਟੀਫਿਕਾਟ ਦੀ ਪ੍ਰੋਪਰੀਏਤਾ ਦਾ ਇਹਦਾ ਜੁਰਮਾਨਾ ਵੀ ਨਹੀਂ ਹੋਣਾ ਕਿਉਂਕਿ ਉਹ ਓਬਲੀਗੋ ਨਹੀਂ ਹੁੰਦਾ ਗੱਡੀ ਰੱਖਣਾ, ਨਾਲੇ ਪ੍ਰੀਮੋ ਕਾਹਤਾ ਜਿਹੜਾ ਪਹਿਲਾ ਕੇਸ ਹੈ ਗੱਡੀ ਦੀ ਲਿਬਰੇ ਉੱਤੇ ਦਾ ਕਾਹਤਾ ਚਿਕਰਸ਼ੀਓ ਨੇ ਦਾ ਪ੍ਰੀਮੋ ਕਾਹਤਾ ਪ੍ਰੀਵਿਸ ਅਤੇ ਸੋਲੋ ਨਾ ਮੂਲਤਾ ਇਹਦੇ ਲਈ ਇੱਕ ਮੂਲਤਾ ਹੋਵੇਗਾ ਜੁਰਮਾਨਾ ਹੋਵੇਗਾ, ਨਾਲੇ ਸਕੋਂਦੋ ਨਾਲੇ ਸਕੋਂਦੋ ਜਿਹੜਾ ਦੂਸਰੀ ਵਜ੍ਹਾ ਹੈ ਸਰਟੀਫਿਕਾਟ ਦੀ ਪ੍ਰੋਪਰੀਏਤਾ ਨੋਮੈਨੋ ਕੁਆਲ ਵੇਲਾ ਇਹਦੇ ਨਾਲ ਜੁਰਮਾਨਾ ਵੀ ਨਹੀਂ ਹੋਣਾ ਹੈ ਵੀ ਠੀਕ ਹੈ, ਜਿਹੜਾ ਮਾਲਕ ਦਾ ਸਰਟੀਫਿਕੇਟ ਨਹੀਂ ਹੈ ਜੇ ਫਿਰ ਕਿ ਨੋ ਨਹੀਂ ਓਬਲੀਗਟੋਰੀ ਤਨੇਰੇ ਬੋਰਡ ਦਲ ਵੀ ਗੋਲੀ ਕਿਉਂਕਿ ਨੋ ਨਹੀਂ ਓਬਲੀਗਟੋਰੀ ਕਿਉਂਕਿ ਓਬਲੀਗੋ ਨਹੀਂ ਹੈ ਵੀ ਤਨੇਰੇ ਆ ਬੋਰਡ ਦਲ ਵੀ ਗੋਲੀ ਗੱਡੀ ਦੇ ਵਿੱਚ ਰੱਖਣਾ ਓਬਲੀਗੋ ਨਹੀਂ ਹੈ ਵੀ ਤੂੰ ਤੇਰੇ ਬੋਲਦੇ ਕਿ ਸੀ ਮੈਥੇ ਉਹਨਾਂ ਇਨਫਰਾਜ਼ੀਓਨ ਹੈ, ਹਰ ਵਾਰੀ ਜੇ ਤੁਸੀਂ ਕਰਦੇ ਹੋ ਇੱਕ ਉਲੰਘਣ ਕਿ ਕੰਪੋਰ ਤਾਂ ਉਹਨਾਂ ਜਿਗਰਾਸ਼ੀਓਨ ਦੀ ਪੁੰਤੀ ਦਲਾ ਪਤੰਤੇ ਜਿਹਦੇ ਵਿੱਚ ਸ਼ਾਮਿਲ ਇੱਕ ਪੁੰਤੀ ਪਤੰਤੇ ਵੀ ਕੱਟਣਾ ਉਹਦੇ ਨਾਲ ਵੀ ਪਤੰਤ ਰਿਤੀਰੋ ਦਲਾ ਪਤੰਤੇ ਨਹੀਂ ਹੋਣਗਾ ਐਗਜ਼ੈਂਪਿਓ ਮਿਸਾਲ ਤੌਰ 'ਤੇ ਸੋ ਸਤਾਰੇ ਨਾਲ ਸਪੋਜ਼ੀਓ ਦੱਸਦੀ ਨਾ ਅਤੇ ਦਿਸਾਬੀਲੀ ਦਿਸਾਬੀਲੀ ਹੁੰਦੇ ਅੰਗਹੀਣ, ਕਹਿੰਦੇ ਮਿਸਾਲ ਤੌਰ 'ਤੇ ਜੇ ਤੁਸੀਂ ਪਾਰਕਿੰਗ ਲਾਉਂਦੇ ਹੋ ਗੱਡੀ ਪੀਲੀ ਪਾਰਕਿੰਗ 'ਤੇ ਜਿਹੜੀ ਅੰਗਹੀਣ ਦੀ ਪਾਰਕਿੰਗ ਹੁੰਦੀ ਉਹਦੀ ਪਾਰਕਿੰਗ 'ਤੇ ਗੱਡੀ ਲਾਉਂਦੇ ਹੋ ਕੰਪੋਰਤਾ ਸੋਲੋ ਉਹਨਾਂ ਮੂਲਤਾ ਈ ਲਸਟਰਸ਼ੀਓ ਨੇ ਦੀ ਪੁੰਦੀ ਇਹਦੇ ਵੀ ਸ਼ਾਮਿਲ ਹੈ ਜੇ ਪੀਲੀ ਪਾਰਕਿੰਗ ਤੁਸੀਂ ਅੰਗਹੀਣ ਦੀ ਥਾਂ 'ਤੇ ਪਾਰਕਿੰਗ 'ਤੇ ਲਾਓਗੇ ਨਾ ਤੁਸੀਂ ਇਹਦੇ ਸ਼ਾਮਿਲ ਹੈ ਤੁਹਾਨੂੰ ਇੱਕ ਮੂਲਤਾ ਹੋਵੇਗਾ ਔਰ ਪੁੰਤੀਆਂ ਪਤੰਤੇ ਵਿੱਚ ਕੱਟਣਗੇ ਅਪੂਰੇ ਕੁਆਂਤ ਸ਼ੀਰ ਕੋਲਾ ਕੋਲਾ ਪਤੰਤੀ ਪਾਨੇ ਮਾਚੀ ਦੀ ਡਿਮੈਂਸ਼ੀਓ ਨੇ ਡਿਵਰਸੀ ਦ ਕੁਆਲੇ ਰਿਪੋਰਤਾ ਤੋਂ ਸ਼ੁਰੂ ਕਰਦੇ ਚਿਕਰਸ਼ੀਓ ਨੇ ਅਪੂਰੇ ਕੁਆਂਤ ਜਾਂ ਫਿਰ ਜਿਸ ਟਾਈਮ ਤੁਸੀਂ ਚੱਲਦੇ ਹੋ ਕੌਣ ਪਾਨੇ ਮਾਚੀ ਡਿਮੈਂਸ਼ੀਓ ਨੇ ਟੈਰਾਂ ਦਾ ਜਿਹੜਾ ਡਿਮੈਂਸ਼ੀਓ ਨੇ ਸਾਈਜ਼ ਹੈ ਦਿਵਰਸਾ ਕੁਆਲੇ ਰਿਪੋਰਤਾ ਤੋਂ ਡਿਫਰੈਂਟ ਹੈ ਜਿਹੜਾ ਲਿਖਿਆ ਹੋਇਆ ਹੈ ਸੁਲਕਾਤ ਚਿਕਰਸ਼ੀਓ ਨੇ ਜੇ ਤੁਹਾਡੇ ਕਾਰਤ ਚਿਕਰਸ਼ੀਓ ਨੇ ਦੇ ਟੈਰ ਲਿਖੇ ਹੋਏ ਨੇ ਹੋਰ ਤਾਂ ਤੁਸੀਂ ਇੱਕ ਨੰਬਰ ਵੱਡਾ ਜਾਂ ਛੋਟਾ ਰੱਖਿਆ ਹੋਇਆ ਅਤੇ ਉਹਦੇ ਨਾਲ ਵੀ ਗੱਡੀ 'ਤੇ ਐਕਸ਼ਨ ਹੋਵੇਗਾ ਤੁਹਾਡੇ ਪਤੰਤੇ ਤਾਂ ਕੋਈ ਨਹੀਂ ਹੋਣਗਾ ਯਾਰ ਜਿੱਦਾਂ ਮਾਈਕ ਔਨ ਹੈ ਆਪਣਾ ਮਾਈਕ ਆਪਣਾ ਬੰਦ ਕਰ ਦਿਓ ਸਪੀਕਰ ਬੰਦ ਕਰ ਦਿਓ ਸੁਰਿੰਦਰ ਭਾਅ ਜੀ ਤੁਹਾਡਾ ਹੁਣ ਅਦੋਰਾ ਉਹ ਪੂਰੇ ਕੁਆਂ ਤੁਸੀਂ ਚਿਰਕੋਲਾ ਜਾਂ ਫਿਰ ਜਿਸ ਟਾਈਮ ਤੁਸੀਂ ਚੱਲਦੇ ਹੋ ਕੁਰਪਾਨੇ ਮਾਚੀ ਦੀ ਡਿਮੈਂਸ਼ੀਓ ਨੇ ਜਿੱਦਾਂ ਟਾਇਰਾਂ ਦਾ ਸਾਈਜ਼ ਜਿਹੜਾ ਵੇ ਡਿਵਰਸ ਆ ਡਿਫਰੈਂਟ ਹੈ ਕੁਆਲੇ ਇਨ ਰਿਪੋਰਤਾ ਤੋਂ ਸੁਰ ਕਤ ਚਿਕਰਸ਼ੀਓ ਨੇ ਜਿਹੜਾ ਕਿ ਲਿਖਿਆ ਗਿਆ ਹੋਇਆ ਕਤ ਚਿਕਰਸ਼ੀਓ ਨੇ ਗੱਡੀ ਦੇ ਡਾਕੂਮੈਂਟਾਂ ਦਾ ਉਹਦੇ ਦੂਜੀ ਡਿਫਰੈਂਟ ਹੈ ਫੋਰ ਐਗਜ਼ਾਮਪਲ ਇੱਕ ਨੰਬਰ ਵੱਡੇ ਟਾਇਰ ਜਾਂ ਇੱਕ ਨੰਬਰ ਛੋਟੇ ਟਾਇਰ ਤੁਸੀਂ ਲੈ ਕੇ ਜੇ ਗੱਡੀ 'ਤੇ ਚੱਲਦੇ ਹੋ ਫਿਰ ਵੀ ਰਿਤੀ ਉਰੋ ਦਿਲ ਪਤੰਤੇ ਨਹੀਂ ਹੋਣਗਾ ਕਿਉਂਕਿ ਗੱਡੀ ਦੀ ਗਲਤੀ ਗੱਡੀ 'ਤੇ ਐਕਸ਼ਨ ਹੋਵੇਗਾ ਇੰਤਾਲੇ ਕਾਜ਼ੋ ਇਸ ਕੇਸ ਵਿੱਚ
ਸਿਆਵਰਾ ਉਹਨਾਂ ਮੂਲਤਾ ਔਰ ਇਹਦੇ ਵਿੱਚ ਮੂਲਤਾ ਹੋਵੇਗਾ ਈ ਇਲ ਰਿਤੀਰੋ ਦਲਾ ਕਤ ਚਿਕਰਸ਼ੁਨ ਹੈ ਔਰ ਰਿਤਰਾਰੇ ਹੋਵੇਗਾ ਰਿਤਰਾਰੇ ਕਰਨਗੇ ਕਾਰਤਾ ਦੇ ਚਿਕਰਸ਼ੁਨ ਹੈ ਗੱਡੀ ਦੇ ਡਾਕੂਮੈਂਟ ਰਿਤਰਾਰੇ ਕਰਨਗੇ ਠੀਕ ਹੈ ਮਨੋਨ ਦਿਲਾ ਪਤੰਤ ਦਿਗਵੀ ਦਾ ਲੇਕਿਨ ਤੁਹਾਡੇ ਪਤੰਤ ਦਿਗਵੀ ਦਾ ਨਹੀਂ ਰਿਤਰਾਰੇ ਕਰ ਲਗੇ ਠੀਕ ਹੈ ਸਰ ਜਦੋਂ ਉਹਨਾਂ ਨੇ ਸਾਡੀ ਗੱਡੀ ਦੇ ਡਾਕੂਮੈਂਟ ਹੀ ਰਿਤਰਾਰੇ ਕਰ ਲਏ ਫਿਰ ਗੱਡੀ ਨਹੀਂ ਚਲਾ ਸਕਦੇ ਜ਼ਹਿਰੀ ਗੱਲ ਹੈ ਫਿਰ ਗੱਡੀ ਤੇ ਤੁਹਾਡੇ ਤੁਹਾਡੇ ਟਾਇਰਾਂ ਦਾ ਸਾਈਜ਼ ਹੀ ਡਿਫਰੈਂਟ ਹੋਵੇਗਾ ਤੇ ਯਾਨੀ ਕਿ ਟਾਇਰ ਤੁਸੀਂ ਵੱਡੇ ਲਾਏ ਨੇ ਜਾਂ ਛੋਟੇ ਲਾਏ ਨੇ ਜਿਹੜੇ ਅਲਾਓ ਨਹੀਂ ਹੈ ਵੀ ਫਿਰ ਗੱਡੀ ਥੋੜ੍ਹੀ ਚਲਾਉਣੀ ਤੁਸੀਂ ਠੀਕ ਹੈ ਤੁਸੀਂ ਟਾਇਰ ਭਾਈ ਜੀ ਇੱਕ ਵਾਰੇ ਇੱਕ ਲਾਈਨ ਦੁਬਾਰਾ ਸਮਝਾਇਓ ਜਿੱਥੇ ਸਰਟੀਫਿਕੇਟ ਦੀ ਪ੍ਰੋਪਰਟੀਆ ਵਾਲੀ ਹੈ ਜੀ ਸਰਟੀਫਿਕੇਟ ਦੀ ਪ੍ਰੋਪਰੀਏਤਾ ਅਸੀਂ ਉੱਥੇ ਦੁਬਾਰਾ ਪੜ੍ਹ ਲੈਂਦੇ ਹਾਂ ਕਿੱਥੇ ਵੇ ਦੇਖੋ ਸਰਟੀਫਿਕੇਟ ਦੀ ਪ੍ਰੋਪਰੀਏਤਾ ਜਿਹੜਾ ਹੈ ਉਹ ਗੱਡੀ 'ਚ ਰੱਖਣਾ ਓਬਲੀਗੋ ਨਹੀਂ ਹੁੰਦਾ ਉਹਦੇ ਲਈ ਜੁਰਮਾਨਾ ਨਹੀਂ ਹੋਣਗਾ ਠੀਕ ਹੈ ਸਰਟੀਫਿਕੇਟ ਨਹੀਂ ਹੈ ਵੀ ਨਾਲ ਪ੍ਰੀਮੋ ਕਾਜ਼ੋ ਪਹਿਲਾ ਕੇਸ ਜਿਹੜਾ ਸਰਟੀਫਿਕੇਟ ਸਿਰਕੂਲੇਸ਼ਨ ਹੈ ਪਹਿਲਾ ਕੇਸ ਜਿਹੜਾ ਪ੍ਰਵੇਸ਼ ਤਾਂ ਸੋਲੋ ਉਹਨਾਂ ਮੂਲਤਾ ਹੈ ਸਿਰਫ ਇੱਕ ਮੂਲਤਾ ਹੋਵੇਗਾ ਨਾਲ ਸਿਕੰਦੋ ਨੋਮੈਨ ਕੋਇਲਾ ਦੂਜੇ ਦੀ ਵਜ੍ਹਾ ਨਾਲ ਇਹ ਦੂਜਾ ਜਿਹੜਾ ਕੇਸ ਹੈ ਉਹਦੇ ਨਾਲ ਮੂਲਤਾ ਵੀ ਨਹੀਂ ਹੋਣਾ ਫਿਰ ਕਿ ਨੋਨ ਹੀ ਓਬਲੀਗੋਟੋਰੀ ਹੋ ਤਨੇਰੇ ਆ ਬਹੁਤ ਗੋਲੀ ਕਿਉਂਕਿ ਓਬਲੀਗੋ ਨਹੀਂ ਹੈ ਵੀ ਗੱਡੀ ਦੇ ਵਿੱਚ ਰੱਖਣਾ ਇਹਨੂੰ ਠੀਕ ਹੈ ਤੂਤੇ ਲੈ ਬੋਲ ਤੇ ਕੇਸੀ ਕਮਾਤੇ ਉਹਨਾਂ ਵਿਆਲੇਸ਼ਨ ਹੈ ਹਰ ਵਾਰੀ ਜੇ ਤੁਸੀਂ ਇੱਕੋ ਹੀ ਉਲੰਘਣ ਕਰਦੇ ਹੋ ਹਰ ਵਾਰੀ ਜੇ ਤੁਸੀਂ ਇੱਕੋ ਹੀ ਉਲੰਘਣ ਕਰਦੇ ਹੋ ਨਾ ਫਿਰ ਜਿਵੇਂ ਤੁਸੀਂ ਵਾਰ ਵਾਰ ਪੀਲੀ ਪਾਰਕਿੰਗ ਦੇ ਅੰਗਹੀਣ ਦੀ ਪਾਰਕਿੰਗ ਦੇ ਗੱਡੀ ਖਿਲਾ ਦਿੰਦੇ ਹੋ ਹਰ ਵਾਰੀ ਤੁਹਾਡੀ ਪੁੰਤੀ ਕੱਟਣਗੇ ਹਰ ਵਾਰੀ ਤੁਹਾਨੂੰ ਜੁਰਮਾਨਾ ਹੀ ਕਰਨਗੇ ਇਹ ਨਹੀਂ ਹੈ ਦੋ ਵਾਰੀ ਜੁਰਮਾਨਾ ਕੀਤਾ ਤੀਜੀ ਵਾਰੀ ਰਿਤਰਾਰ ਕਰ ਲੈਣਗੇ ਕਿਉਂਕਿ ਜਿਵੇਂ ਕਾਨੂੰਨ ਕਹਿੰਦਾ ਪਿਆ ਸਜ਼ਾ ਦੇਣ ਦਾ ਉਨੀ ਹੀ ਸਜ਼ਾ ਦੇ ਸਕਦੇ ਨੇ ਠੀਕ ਹੈ ਹਰ ਵਾਰੀ ਜੇ ਤੁਸੀਂ ਇੱਕ ਉਲੰਘਣ ਕਰਦੇ ਹੋ ਕਿ ਕੰਪੋਰਟ ਉਹਨਾਂ ਦੀ ਕੁਰਸ਼ੀਆਂ ਦੀ ਪੁੰਤੀ ਦਲ ਬਦਲਦੇ ਜਿਹਦੇ ਵਿੱਚ ਸ਼ਾਮਿਲ ਹੋਏ ਪੁੰਤੀ ਪਤੰਤੀ ਕੱਟਣਾ ਐਗਜ਼ੈਂਪਲ ਜੇ ਪੁੰਤੀ ਹਰ ਵਾਰੀ ਜੇ ਪੁੰਤੀਆਂ ਪਤੰਤੀ ਕੱਟੀਆਂ ਹੋਣ ਉਹਦੇ ਨਾਲ ਜੇ ਪੁੰਤੀਆਂ ਜ਼ੀਰੋ ਹੋ ਜਾਣਗੀਆਂ ਪਤੰਤੇ ਰਿਵਿਜ਼ੀਓਨ ਵਿੱਚ ਪੈਣ ਲੱਗੇ ਪੈ ਜਾਏਗਾ ਉਹਦੇ ਨਾਲ ਇਹ ਨਹੀਂ ਹੈ ਕਿ ਦੋ ਚਾਰ ਵੀ ਪੁੰਤੀਆਂ ਕੱਟਣਗੇ ਫਿਰ ਰਿਤਰਾਰੇ ਹੋ ਜਾਏਗਾ ਇੱਦਾਂ ਨਹੀਂ ਹੋਣਗਾ ਐਗਜ਼ੈਂਪਲ ਮਿਸਾਲ ਤੋਂ ਸੋ ਸਤਾਰੇ ਨਾਲ ਸਪੇਸ ਯੂ ਦਸਨਾ ਤਾ ਇਹ ਦਿਸਾਬੀਲੀ ਜਿਹੜਾ ਸਪੇਸ ਰਿਜ਼ਰਵ ਹੁੰਦੇ ਨੇ ਦਿਸਾਬੀਲੀ ਅੰਗਹੀਣ ਲਈ ਉੱਥੇ ਸੋਸਤਾ ਕਰਨਾ ਕੰਪੋਰਤਾ ਸੋਲੋ ਉਹਨਾਂ ਮੂਲਤਾ ਇਹਦੇ ਵਿੱਚ ਸਿਰਫ ਸ਼ਾਮਿਲ ਹੈ ਇੱਕ ਮੂਲਤਾ ਇਹ ਲਸਤਰਸ਼ੀਓ ਦੀ ਪੁੰਤੀ ਔਰ ਇਹਦੇ ਵਿੱਚ ਸ਼ਾਮਿਲ ਹੈ ਸਿਰਫ ਪੁੰਤੀਆਂ ਕੱਟਣੀਆਂ ਇਹਦੇ 'ਚ ਇਹ ਨਹੀਂ ਹੈ ਕਿ ਵਾਰ ਵਾਰ ਫਿਰ ਬਾਅਦ ਤੁਸੀਂ ਉਲੰਘਣ ਕਰੋਗੇ ਤਾਂ ਵਾਰ ਵਾਰ ਜੁਰਮਾਨੇ ਹੋਣਗੇ ਫਿਰ ਰਿਤਰਾਰੇ ਨਹੀਂ ਕਰ ਰਿਤਰਾਰੇ ਕਰ ਲਵੇਂਗੇ ਇਹ ਨਹੀਂ ਹੋ ਸਕਦਾ ਠੀਕ ਹੈ ਜਿਹੜੇ ਉਲੰਘਣ ਲਈ ਜਿਹੜੀ ਸਜ਼ਾ ਹੋਈ ਜਾਣਗੇ ਉਹ ਪੂਰੇ ਕੁਆਂਦੋ ਸੀ ਚਿਰਕੋਲਾ ਕੌਣ ਪਤਾ ਮਾਚੀ ਦੀ ਦਿਮੈਂਸ਼ੀਓਨ ਹੈ ਦਿਵਰਸਾ ਜਾਂ ਫਿਰ ਜਿਸ ਟਾਈਮ ਤੁਸੀਂ ਚੱਲਦੇ ਹੋ ਜਿਹਦੇ ਟਾਇਰਾਂ ਦਾ ਸਾਈਜ਼ ਡਿਫਰੈਂਟ ਹੈ ਦਾ ਕੁਆਲਿਟੀ ਰਿਪੋਰਟ ਆ ਤੁਸੀਂ ਕਰਤ ਚੁਕਾਸ਼ੀਓ ਨੇ ਜਿਹੜਾ ਕਿ ਲਿਖੇ ਹੋਏ ਨੇ ਕਰਤ ਚੁਕਾਸ਼ੀਓ ਨੇ ਗੱਡੀ ਦੇ ਲਿਬਰ ਤੋਂ ਗੱਡੀ ਡਾਕੂਮੈਂਟ ਹੈ ਉਹਦੇ ਡਿਫਰੈਂਸ ਸਾਈਜ਼ ਹੈ ਅਤੇ ਉਹਦੇ ਨਾਲ ਵੀ ਤੁਹਾਨੂੰ ਜਿਵੇਂ ਪਹਿਲੇ ਦੱਸਿਆ ਸੀ ਕਿ ਉਹਦੇ ਨਾਲ ਮੂਲਤਾ ਹੋਵੇਗਾ ਔਰ ਰਿਤੀਰੇ ਦੁਆਰਾ ਕਰਤ ਚੁਕਾਸ਼ੀਓ ਨੇ ਹੋਵੇਗਾ ਇਹਦੇ ਵਿੱਚ ਕੋਈ ਤਲਕ ਨਹੀਂ ਹੈ ਵੀ ਪਤੰਤੇ ਦਾ ਇੰਤਾਲੇ ਕਾਜ਼ੋ ਇਸ ਕੇਸ ਵਿੱਚ ਸੀ ਤੁਰੋ ਅਸਿਆਵੇ ਆਵਰਾ ਉਹਨਾਂ ਮੂਲਤਾ ਇੱਕ ਮੂਲਤਾ ਹੋਵੇਗਾ ਈਲ ਰਿਤੀਰੋ ਦਿਲਾ ਪਤੰਤੇ ਦਿਲਾ ਕਤ ਚਿਕਾਸ਼ੀਓ ਨੇ ਔਰ ਕਤ ਚਿਕਾਸ਼ੀਓ ਨੇ ਰਿਤਰਾਰੇ ਹੋ ਜਾਏਗਾ ਮੰਨੋ ਦਿਲਾ ਪਤੰਤ ਦੀ ਗਵੀਦਾ ਲੇਕਿਨ ਪਤੰਤ ਦੀ ਗਵੀਦਾ ਰਿਤਰਾਰੇ ਹੋਵੇਗਾ ਠੀਕ ਹੈ ਪੜ੍ਹਨਾ ਜੀ ਅੱਗੇ ਬਸ ਰਹਿਣ ਦੋ ਭਾਜੀ ਰਹਿਣ ਦੀ ਬਸ ਕਰੀਏ ਰਿਵੀਜ਼ਨ ਦਿਲਾ ਪਤੰਤੇ ਆ ਕੱਲ ਹਾਂਜੀ ਰਿਵੀਜ਼ਨ ਦਿਲਾ ਪਤੰਤੇ ਜੀ ਪੜ੍ਹਨੇ ਦੇ ਪੜ੍ਹ ਲੈਣੇ ਭਾਵੇਂ ਕੱਲ ਪੜ੍ਹ ਲਾਂਗੇ ਕੱਲ ਨੂੰ ਪੜ੍ਹ ਲਾਂਗੇ ਕੱਲ ਨੂੰ ਕੰਮ ਤੇ ਵੀ ਜਾਣਾ ਜੀ ਓਕੇ ਓਕੇ ਠੀਕ ਹੈ ਲੇਟ ਹੋ ਜਾਂਦੇ ਸ੍ਰੀ ਜੀ ਤੇ ਆਪਣਾ ਮਾਵੀ ਕਿੰਨੇ ਸਕੇਦੇ ਕੀਤੇ ਹਾਂਜੀ ਅੱਧੀ ਚਾਰ ਪੰਜ ਹੋ ਜੀ ਗਏ ਸੀ ਗੁਰੂ ਘਰੇ ਤੇ ਰਿੰਕੂ ਭਾਈ ਤੁਸੀਂ ਕਿੰਨੇ ਸਕੇਦੇ ਕੀਤੇ ਚਾਰ ਜੀ ਭਰ ਗਿਆ ਜਿਹਨੇ ਕਾਪੀ ਭਰ ਦਿੱਤੀ ਹੈ ਉਹਦੀ ਗਰੰਟੀ ਹੈ ਉਹਦਾ ਲਾਇਸੈਂਸ ਵੀ ਨੇੜੇ ਲੱਗਿਆ ਠੀਕ ਹੈ
ਜਿਹੜਾ ਲਿਖਦਾ ਹੈ ਨਾ ਉਹ ਸਮਝਦਾ ਜ਼ਿਆਦਾ ਵੇ, ਲਿਖਣੇ ਦਾ ਬਹੁਤ ਜ਼ਿਆਦਾ ਫਰਕ ਪੈਂਦਾ। ਜੀ ਕਹਿੰਦਾ ਲਾਸਟ ਵੇ ਤੇ ਲਿਖ ਦੋ, ਮੈਂ ਕਿਹਾ ਲਾਸਟ ਵੇ ਕਿੰਨਾ ਕੁ ਲਿਖ ਹੋ ਜਾਣਾ ਭਰ ਗਿਆ ਉਹ ਤਾਂ ਹੁਣ। ਉਹ ਤੇ ਮੈਂ ਕਹਿਣ ਲੱਗਿਆ ਸੀ ਮੈਂ ਕਿਹਾ ਪੜ੍ਹ ਲਈਏ ਪਹਿਲਾਂ, ਅੱਗੇ ਲੇਟ ਬਹੁਤ ਹੋ ਗਏ ਆ। ਬਰਾਵੋ ਬਰਾਵੋ। ਤੇ ਜਿਹੜਾ ਜਿਹੜਾ ਲਿਖਿਆ ਉਹਨੂੰ ਕਨਫਰਮ ਕਰ ਲਿਆ ਕਰੋ ਜੇ ਲਿਖਿਆ।